हाँ जी, सत श्री अकाल दोस्तों, वेलकम टू लहरा इंस्टीट्यूट। लहरा इंस्टीट्यूट के यूट्यूब चैनल पर तुहाडा सब का बहुत बहुत स्वागत है। आवाज चैक कर लो, आवाज आ रही है सारे तक? गुड आफ्टरनून, गुड आफ्टरनून ऑल ऑफ यू। जस्सी ढिल्लो, राजवीर सराव, गुरसेवक सिंह, पूजा, दलजीत, मोनू, रमन, रमनदीप कौर, गगन, गुड आफ्टरनून सब नु। गुड आफ्टरनून बब्बू सिंह, वेलकम। शुरू कर लगे अज आपां रीजनिंग दी थर्ड क्लास। उम्मीद करदा पहलियां दो क्लासां तुसीं देख लईआं होणगीआं और समझ भी लग्या होगा पहला टॉपिक, क्योंकि पहला टॉपिक है जिहड़ा पूरी रीजनिंग दी जान है इक तरह दी। ठीक है ना, पहले टॉपिक दे विच पूरे दा पूरा रीजनिंग दा, यह मन्नो भी जिहड़े रीजनिंग दा तुहाडा 25 नंबर दा पोर्शन उहदे विचों 10 क्वेश्चन तुहाडे पहले टॉपिक नूं समझ के ही बनने ने। जिहड़ा अज आपां टॉपिक स्टार्ट करन लगे हां उहदा नाम है कोडिंग डिकोडिंग। जिहड़ा आपां कल देखिया सी अपना, सॉरी परसों और चौथे दो दिन देखिया सीगा, उह सीगा अल्फाबेट दा। उहदे विच आपां देखिया सीगा कि ए तों लैके जेड तक किहड़ा अक्षर किन्ने किन्ने नंबर ते आउंदा है, लैफ्ट साइड तों जां राइट साइड तों। आपां देखिया सी मिडल दे विच कौन आउंदा गा। आपां इह सारी चीज़ां अल्फाबेटली तौर ते लगाउणा होवे जां पेयर्स बनाउणे होण, इह सारी चीज़ां आपां ने देख लईआं सीगियां। ਦੋਨੇ ਕਲਾਸੇ ਚ ਤੁਹਾਨੂੰ ਕੁਛ ਨਾ ਕੁਛ ਆਪਾਂ ਕੁਐਸਚਨ ਵੀ ਦਿੱਤੇ ਸੀਗੇ, ਜਿੰਨਾ ਤੱਕ ਮੈਂ ਤੁਹਾਨੂੰ ਕਿਹਾ ਸੀਗਾ ਕਿ ਮੌਕ ਆਪਣਾ ਗਰੁੱਪ ਦੇ ਵਿੱਚ ਜਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਆਨਸਰ ਜਿਹੜੇ ਡ੍ਰੌਪ ਕਰਨੇ ਹੈਗੇ। ਕੁਛ ਕੁ ਸਟੂਡੈਂਟਸ ਨੇ ਡ੍ਰੌਪ ਵੀ ਕੀਤੇ ਹੈਗੇ, ਜਿਵੇਂ ਕਿ ਮੇਰੇ ਨਾਮ ਯਾਦ ਨਹੀਂ ਹੈਗਾ ਸਟੂਡੈਂਟਸ ਦਾ, ਜਿਵੇਂ ਕਿ ਗੁਰਸੇਵਕ ਸਿੰਘ ਦਾ ਸ਼ਾਇਦ ਉਹਨਾਂ ਨੇ ਕੀਤਾ ਹੋਇਆ ਹੈਗਾ, ਇੱਕ ਰਵੀ ਨੇ ਕੀਤਾ ਹੋਇਆ, ਇੱਕ ਦੋ ਸਟੂਡੈਂਟਸ ਹੋਰ ਨੇ ਜਿਨ੍ਹਾਂ ਨੇ ਕੀਤਾ ਹੋਇਆ ਹੈਗਾ। ਬੰਟੀ ਰਾਜਪੂਤ, ਗੁੱਡ ਆਫਟਰਨੂਨ ਜੀ, ਜੀ ਜੀ ਥੈਂਕ ਯੂ। ਗੁਰਮੁਖ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਚਲੋ ਜੀ, ਅੱਜ ਸ਼ੁਰੂ ਕਰਨ ਲੱਗੇ ਆਪਾਂ ਕੋਡਿੰਗ ਡਿਕੋਡਿੰਗ। ਦੂਜੇ ਟੌਪਿਕ ਦਾ ਨਾਮ ਹੈ ਕੋਡਿੰਗ ਡਿਕੋਡਿੰਗ, ਕੋਡਿੰਗ ਡਿਕੋਡਿੰਗ, ਕੋਡਿੰਗ। ਕਈ ਸਟੂਡੈਂਟਸ ਨੂੰ ਵੀਡੀਓ ਕੰਪਲੀਟ ਹੋਣ ਤੋਂ ਬਾਅਦ ਵੀਡੀਓ ਨਹੀਂ ਮਿਲਦੀ ਹੈਗੀ, ਤਾਂ ਤੁਹਾਨੂੰ ਦੱਸ ਦਿੰਦਾ ਉੱਪਰ ਆਪਣੇ ਕੋਲ ਆਪਸ਼ਨ ਆਉਂਦੀ ਹੁੰਦੀ ਹੈਗੀ ਹੋਮ ਦੀ, ਫਿਰ ਆਉਂਦੀ ਹੈ ਵੀਡੀਓਜ਼ ਦੀ, ਫਿਰ ਆਉਂਦੀ ਹੈ ਪਲੇ ਲਿਸਟ ਦੀ। ਪਲੇ ਲਿਸਟ ਦੇ ਵਿੱਚ ਜਾ ਕੇ ਤੁਹਾਡੇ ਕੋਲ ਪਿਆ ਹੋਊਗਾ ਲਿਖਿਆ ਰੀਜ਼ਨਿੰਗ ਲਾਈਵ ਕਲਾਸ। ਉਹਦੇ ਵਿੱਚ ਤੁਹਾਨੂੰ ਰੀਜ਼ਨਿੰਗ ਦੀ ਕਲਾਸ ਮਿਲਣੀ ਹੈ ਲਾਈਵ ਵਾਲੀ, ਇੱਕ ਪਈ ਹੋਗੀ ਪੰਜਾਬ ਜੀਕੇ, ਉਹਦੇ ਵਿੱਚ ਪੰਜਾਬ ਜੀਕੇ ਦੀ ਵੀਡੀਓਜ਼ ਮਿਲਣਗੀਆਂ ਸਾਰੀਆਂ। ਠੀਕ ਹੈ ਨਾ, ਸਾਰੇ ਸਟੂਡੈਂਟਸ ਨੂੰ ਉੱਥੇ ਮੈਂ ਅਲੱਗ ਤੋਂ ਇੱਕ ਪਲੇਲਿਸਟ ਬਣਵਾ ਕੇ ਰੱਖ ਦਿੱਤੀ ਹੈ ਤਾਂ ਕਿ ਤੁਹਾਨੂੰ ਕੋਈ ਲੱਭਣ ਦੇ ਵਿੱਚ ਦਿੱਕਤ ਨਾ ਆਵੇ। ਪਲੇਲਿਸਟ ਜੀਕੇ ਦੀ ਅਲੱਗ ਪਈ ਹੈ ਉੱਥੇ, ਪੰਜਾਬ ਜੀਕੇ ਦੀ ਔਰ ਰੀਜ਼ਨਿੰਗ ਦੀ ਅਲੱਗ ਪਈ ਹੈ। ਅਗਰ ਪਹਿਲਾਂ ਵਾਲੀ ਰੀਜ਼ਨਿੰਗ ਦੇ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਪਹਿਲਾਂ ਵਾਲੀ ਦੇਖ ਸਕਦੇ ਹੋ, ਉੱਥੇ ਲਿਖਿਆ ਪਿਆ ਰੀਜ਼ਨਿੰਗ ਫਰੋਮ ਬੇਸਿਕ, ਉਹ ਵੀ ਪਈ ਹੈਗੀ। ਠੀਕ ਹੈ ਨਾ, ਔਰ ਕੁਛ ਕੁ ਪੁਆਇੰਟ ਜਿਹੜੇ ਹੈਗੇ ਆ, ਕੁਛ ਕੁ ਮੇਨ ਵੀਡੀਓਜ਼ ਆਪਾਂ ਜੀਕੇ ਦੀਆਂ ਬਣਾ ਕੇ ਰੱਖੀਆਂ ਹੋਈਆਂ ਨੇ। ਉਮੀਦ ਕਰਦਾ ਤੁਸੀਂ ਉਹ ਦੇਖ ਲਈਆਂ ਹੋਣਗੀਆਂ ਜਾਂ ਦੇਖ ਲਿਓ ਅਗਰ ਨਹੀਂ ਦੇਖੀਆਂ। ਠੀਕ ਹੈ ਨਾ, ਚਲੋ ਸ਼ੁਰੂ ਕਰਦੇ ਆਪਾਂ ਕੋਡਿੰਗ ਡਿਕੋਡਿੰਗ। ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਪਹਿਲੇ ਕਹਿ ਦਿੰਦਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰ ਦਿਓ ਲਿੰਕ, ਤਾਂ ਜੋ ਲਾਈਵ ਕਲਾਸ ਦੇ ਵਿੱਚ ਜੁੜ ਜਾਣ ਜੀ, ਸਭ ਤੋਂ ਜ਼ਿਆਦਾ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟ ਜੁੜ ਜਾਣ। ਮਣੀਪੁਲਰ ਜੀ, ਵੈਲਕਮ, ਗੁੱਡ ਆਫਟਰਨੂਨ ਜੀ। ਠੀਕ ਹੈ ਨਾ, ਸਾਰੇ ਸਟੂਡੈਂਟਸ ਜੁੜ ਜਾਓ ਲਾਈਵ ਕਲਾਸ ਦੇ ਵਿੱਚ। ਇਹ ਹੈ ਲਾਈਵ ਕਲਾਸ ਦੇ ਵਿੱਚ ਤੁਹਾਡੀ ਕੁਐਸਚਨਿੰਗ ਵਧੀਆ ਹੋ ਜਾਂਦੀ ਹੈ, ਤਾਂ ਕਿ ਤੁਸੀਂ ਪੁੱਛ ਲਓ ਆਪਣੇ ਦੋਸਤ ਮਿੱਤਰ। ਲਿੰਕ ਦੇ ਵਿੱਚ ਜੋ ਵੀ ਹੈਗੇ ਆ ਪੁੱਛਦਾ ਗਾ ਕੋਈ ਕਿ ਅਸੀਂ ਕਲਾਸ ਜਿਹੜੀ ਜੁਆਇਨ ਕਰਨੀ ਆ, ਫ੍ਰੀ ਆਫ ਕਾਸਟ ਕਲਾਸਾਂ ਨੇ, ਕਿਸੇ ਵਾਸਤੇ ਕੋਈ ਪੈਸਾ ਨਹੀਂ, ਬਿਲਕੁਲ ਫ੍ਰੀ ਕਲਾਸਾਂ ਚੱਲਣਗੀਆਂ। ਜੋ ਕੋਈ ਵੀ ਚਾਹੁੰਦਾ ਗਾ ਜੁਆਇਨ ਕਰਨਾ ਕਰ ਸਕਦਾ ਗਾ। ਠੀਕ ਹੈ ਨਾ, ਚਲੋ ਸ਼ੁਰੂ ਕਰਦੇ ਆਪਾਂ ਕੋਡਿੰਗ ਡਿਕੋਡਿੰਗ ਦਾ। ਕੋਡਿੰਗ ਡਿਕੋਡਿੰਗ ਦੇ ਵਿੱਚ ਆਪਾਂ ਕੀ ਕੁਝ ਦੇਖਾਂਗੇ? ਕੋਡਿੰਗ ਡਿਕੋਡਿੰਗ ਦੇ ਵਿੱਚ ਆਪਾਂ ਦੇਖਾਂਗੇ, ਸਭ ਤੋਂ ਪਹਿਲੀ ਹੈਡਿੰਗ ਬਣਾ ਲਓ, ਉਹਦਾ ਨਾਮ ਹੈਗਾ ਰਿਵਰਸਲ। ਰਿਵਰਸਲ ਦਾ ਮਤਲਬ ਹੁੰਦਾ, ਰਿਵਰਸਲ ਸੁਣਿਆ ਹੋਊਗਾ ਤੁਸੀਂ, ਕੀ ਹੁੰਦਾ ਰਿਵਰਸਲ ਆਫ ਲੈਟਰਸ। ਰਿਵਰਸਲ ਆਫ ਲੈਟਰਸ ਇਹਦਾ ਮਤਲਬ ਕੀ ਹੁੰਦਾ? ਰਿਵਰਸਲ ਆਫ ਲੈਟਰਸ ਦਾ ਮਤਲਬ ਕੀ ਹੁੰਦਾ? ਰਿਵਰਸ, ਰਿਵਰਸ ਗੇਅਰ, ਗੱਡੀ ਦਾ ਰਿਵਰਸ ਗੇਅਰ ਮਤਲਬ ਕਿ ਬੈਕ, ਮਤਲਬ ਕਿ ਬੈਕ ਗੇਅਰ। ਫੋਰ ਐਗਜ਼ਾਮਪਲ ਤੁਹਾਨੂੰ ਇਸ ਤਰ੍ਹਾਂ ਆ ਗਿਆ, ਤੁਹਾਨੂੰ ਇਸ ਤਰ੍ਹਾਂ ਆ ਗਿਆ ਈ ਡਬਲ ਐਫ ਈ ਸੀ ਪੀ, ਤੁਹਾਨੂੰ ਇਸ ਤਰ੍ਹਾਂ ਆ ਗਿਆ ਇਫੈਕਟ। ਕਹੂਗਾ ਜੀ ਇਫੈਕਟ ਨੂੰ, ਅਗਰ ਇਫੈਕਟ ਕੋ ਐਸੇ ਲਿਖਾ ਜਾਤਾ ਹੈ, ਟੀ ਸੀ ਈ ਡਬਲ ਐਫ ਈ, ਇਫੈਕਟ ਕੋ ਐਸੇ ਲਿਖਾ ਜਾਤਾ ਹੈ, ਤਾਂ ਬਤਾਈਏ ਕੋਈ ਔਰ ਇਹਦੇ ਨਾਲ ਕੋਈ ਨਾ ਕੋਈ ਹੋਰ ਆਪਾਂ ਦੇ ਦੂਗਾ, ਜਿਵੇਂ ਕਿ ਕਹਿ ਦੂਗਾ ਵਿਦਿਆ ਕੇਅਰ, ਵਿਦਿਆ ਕੇਅਰ ਵੀ ਇਸ ਨੂੰ ਕਿਸ ਤਰ੍ਹਾਂ ਲਿਖੇਗਾ, ਵਿਦਿਆ ਕੇਅਰ ਨੂੰ ਕਿਸ ਤਰ੍ਹਾਂ ਲਿਖੇਗਾ ਆਪਾਂ ਦੇਖਾਂਗੇ। ਕੀ ਕੀਤਾ ਹੋਇਆ ਉਹਨੇ? ਰਿਵਰਸ ਕੀਤੇ ਹੋਏ ਨੇ ਸਾਰੇ ਲੈਟਰਸ, ਟੀ ਤੋਂ ਸਟਾਰਟ ਕਰਤਾ ਉਹਨੇ ਲਿਖਣਾ, ਫਿਰ ਸੀ ਲਿਖੀ ਹੈ, ਫਿਰ ਈ ਲਿਖੀ ਹੈ, ਫਿਰ ਐਫ ਲਿਖੀ ਹੈ, ਫਿਰ ਐਫ ਲਿਖੀ ਹੈ, ਔਰ ਫਿਰ ਉਸ ਤੋਂ ਬਾਅਦ ਇੱਥੇ ਈ ਆਈ, ਇੱਥੇ ਫਿਰ ਈ ਲਿਖੀ ਹੈ। ਕਲੀਅਰ ਹੈ ਨਾ, ਇਹ ਕੀ ਬਣ ਗਿਆ? ਰਿਵਰਸਲ ਆਫ ਲੈਟਰਸ, ਰਿਵਰਸ ਕਰਕੇ ਲਿਖੇ ਨੇ ਸਾਰੇ ਦਾ ਬੈਕ ਗੇਅਰ ਲਾਤਾ। ਇਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਆਪਾਂ ਲਗਾ ਦੇਵਾਂਗੇ, ਈ ਆਰ ਏ ਸੀ ਏ ਵਾਈ ਡੀ ਆਈ ਵੀ।
ये हो गया था जी, क्लियर है ना। जगसीर, मानसी, सत्ती, वेलकम जी, गुड आफ्टरनून सारे, क्लियर है ना। ये हो गया रिवर्सल ऑफ लेटर्स, रिवर्सल ऑफ लेटर्स मतलब कि बैक गियर लाना, पिछले पासों लिखना स्टार्ट करना। और दस दिना एग्जाम दे विच तुहानू इह नहीं लिखा होगा कि रिवर्सल ऑफ लेटर्स कटो, सिंपल मीनिंग दे विच, सिंपल लाइन दे विच उत्ते लिखा होगा, इस तरह सवाल बनूगा इह। जेकर जेकर इलेक्टर नू, जेकर इलेक्टर नू, जेकर इलेक्टर नू आर ई टी सी ई एल ई लिखता है, लिखता है ता कंडीशन नू किस तरह लिखेगा, ता कंडीशन नू किस तरह लिखेगा, नू किस तरह लिखिया जावेगा, किस तरह लिखिया जावेगा, लिखिया जावेगा। हुण इह सवाल इस तरह बनेगा, इहदे विच तुसीं पछाणना होगा कि आह जिहड़ा इलैक्टर पाया होया इहदे तों इहने इह वाला कोड बनाया, इलैक्टर तों इह वाला कोड बनाया, इह बनाया किस तरह होयागा, इह कोई इहदा रिवर्सल करिया होया, कोई इहदी प्रोसीडिंग फॉलोइंग कीती हुई है, कोई जंबलिंग करवाई हुई है, ਜਾਂ ਕੋਈ ਹੋਰ ਕੁਛ ਲਗਾਇਆ ਹੋਇਆ, ਓਪੋਜਿਟ ਲਿਖਿਆ ਹੋਇਆ, ਕੁਛ ਵੀ ਹੋ ਸਕਦਾ ਹੈ, ਠੀਕ ਹੈ ਨਾ। ਇਲੈਕਟਰ ਨੂੰ ਇਹਨੇ ਇਸ ਤਰ੍ਹਾਂ ਲਿਖਿਆ, ਜਿਸ ਤਰ੍ਹਾਂ ਇਲੈਕਟਰ ਨੂੰ ਇਹਨੇ ਇਹ ਲਿਖਿਆ ਗਾ, ਉਸੇ ਤਰ੍ਹਾਂ ਹੀ ਕੰਡੀਸ਼ਨ ਨੂੰ ਅਸੀਂ ਲਿਖਾਂਗੇ, ਉਸੇ ਤਰ੍ਹਾਂ ਜਿਸ ਤਰ੍ਹਾਂ ਇਲੈਕਟਰ ਨੂੰ ਇਸ ਭਾਸ਼ਾ ਦੇ ਵਿੱਚ ਲਿਖਿਆ ਹੈ, ਉਸੇ ਤਰ੍ਹਾਂ ਕੰਡੀਸ਼ਨ ਨੂੰ ਵੀ ਲਿਖਾਂਗੇ, ਕਲੀਅਰ ਹੈ। ਉਸੇ ਤਰ੍ਹਾਂ ਕੰਡੀਸ਼ਨ ਨੂੰ ਵੀ ਲਿਖਾਂਗੇ, ਆਂਸਰ ਕੀ ਬਣੂਗਾ ਕੰਡੀਸ਼ਨ ਦਾ। ਦੇਖੋ ਪਹਿਲੀ ਗੱਲ, ਇਲੈਕਟਰ ਤੋਂ ਉਹਨੇ ਕਿਵੇਂ ਬਣਾਇਆ, ਸਾਰਿਆਂ ਦਾ ਓਪੋਜਿਟ ਲੈਟਰ ਲਿਖਤਾ, ਆਰ ਇੱਥੇ ਲਾਸਟ ਤੇ ਆ, ਆਰ ਉਹਦੇ ਪਹਿਲੇ ਨੰਬਰ ਤੇ, ਇਹਤੋਂ ਆ ਸੈਕਿੰਡ ਲਾਸਟ ਹੈ, ਇਥੋਂ ਦੂਜੇ ਨੰਬਰ ਤੇ, ਫਿਰ ਟੀ ਆ ਗਈ, ਫਿਰ ਸੀ ਆ ਗਈ, ਔਰ ਫਿਰ ਈ ਆ ਗਈ, ਔਰ ਫਿਰ ਐਲ ਆ ਗਈ, ਔਰ ਫਿਰ ਈ ਆ ਗਈ। ਇਹ ਕੀ ਨੇ ਗੇ, ਸਾਰੇ ਦੇ ਸਾਰੇ ਓਪੋਜਿਟ ਕਰਕੇ ਲਿਖ ਦਿੱਤੇ। ਮਾਨਸੀ ਗਰਗ ਨੇ ਜਵਾਬ ਦਿੱਤਾ, ਠੀਕ ਹੈ ਜੀ। ਇਲੈਕਟਰ ਬਲਵੰਤ ਸਿੰਘ ਵੈਲਕਮ, ਲੈਟਰ ਨੂੰ ਇਹਨੇ ਇਸ ਤਰ੍ਹਾਂ ਲਿਖ ਦਿੱਤਾ, ਤਾਂ ਆਪਾਂ ਦੇਖਾਂਗੇ ਜੀ ਕਿ ਕੰਡੀਸ਼ਨ ਨੂੰ ਕਿਸ ਤਰ੍ਹਾਂ ਲਿਖੂਗਾ। ਐਗਜ਼ਾਮ ਦੇ ਵਿੱਚ ਤੁਹਾਨੂੰ ਉਲਝਾਉਣ ਦੀ ਕੋਸ਼ਿਸ਼ ਵੀ ਕਰਦਾ ਉਹ। ਕੰਡੀਸ਼ਨ ਨੂੰ ਚੈੱਕ ਕਰਦੇ ਹਾਂ, ਐਨ ਤੋਂ ਸਟਾਰਟ ਕਰਾਂਗੇ, ਪਿੱਛੋਂ ਅੱਖਰ ਲਿਖਣਾ ਐਨ, ਫਿਰ ਆਏਗਾ ਓ, ਫਿਰ ਆਈ, ਫਿਰ ਟੀ, ਫਿਰ ਆਈ, ਫਿਰ ਡੀ, ਐਨ ਓ ਸੀ, ਇਸ ਤਰ੍ਹਾਂ ਇਹਦਾ ਆਂਸਰ ਹੈ ਜਿਹੜਾ ਬਣ ਜਾਏਗਾ। ਅੰਕੁਸ਼ ਸੋਹਲ, ਗੁੱਡ ਆਫਟਰਨੂਨ ਜੀ, ਠੀਕ ਹੈ ਨਾ। ਇਸ ਤਰ੍ਹਾਂ ਇਹਦਾ ਆਂਸਰ ਕੀ ਹੈ ਬਣ ਜਾਏਗਾ। ਕੁੱਲ ਮਿਲਾ ਕੇ ਕੀ ਹੈ ਇਹ, ਰਿਵਰਸਲ ਆਫ ਲੈਟਰਸ, ਰਿਵਰਸਲ ਆਫ ਲੈਟਰਸ, ਹਾਂਜੀ, ਐਨ ਓ ਆਈ ਟੀ, ਐਨ ਓ ਆਈ ਟੀ, ਤੁਹਾਡਾ ਟੀ ਆਈ ਹੈ ਜੀ ਬਲਵੰਤ ਸਿੰਘ ਜੀ, ਐਨ ਓ ਆਈ ਟੀ ਆਈ ਡੀ, ਫਿਰ ਐਨ ਓ ਸੀ, ਐਨ ਓ ਸੀ, ਕਲੀਅਰ ਹੈ ਨਾ। ਰਿਵਰਸਲ ਆਫ ਲੈਟਰਸ ਇਸ ਤਰ੍ਹਾਂ ਤੁਸੀਂ ਕਰਕੇ ਦੇਖ ਸਕਦੇ ਹੋ। ਇੱਕ ਸਵਾਲ ਕੋਈ ਵੀ ਆ, ਕੁਛ ਵੀ ਪਾ ਕੇ ਚੱਲ ਸਕਦਾ ਉਹ। ਫੋਰ ਐਗਜ਼ਾਮਪਲ ਤੁਹਾਨੂੰ ਇਸ ਤਰ੍ਹਾਂ ਲਿਖਦਾ ਉਹਨੇ, ਤੁਸੀਂ ਦੱਸੋ ਜੀ ਇੰਡੀਆ ਨੂੰ ਕਿਸ ਤਰ੍ਹਾਂ ਲਿਖਿਆ ਜਾਵੇਗਾ, ਆਈ ਐਨ ਡੀ ਆਈ ਏ, ਲਿਖੋ ਫਟਾਫਟ ਇੰਡੀਆ ਨੂੰ ਕਿਸ ਤਰ੍ਹਾਂ ਲਿਖੇਗਾ ਰਿਵਰਸਲ ਲੈਟਰ ਦੇ ਵਿੱਚ, ਇੰਡੀਆ ਨੂੰ ਕਿਸ ਤਰ੍ਹਾਂ ਲਿਖੇਗਾ, ਬਣਾਓ। ਹਾਂਜੀ, ਗੁੱਡ ਆਫਟਰਨੂਨ ਰਾਜਵਿੰਦਰ, ਰਿਵਰਸਲ ਇੰਡੀਆ ਨੂੰ ਕਿਸ ਤਰ੍ਹਾਂ ਲਿਖੇਗਾ, ਗੁਰਮੁਖ ਸਿੰਘ ਦਾ ਜਵਾਬ ਆਇਆ, ਵੈਰੀ ਗੁੱਡ। ਸਭ ਤੋਂ ਪਹਿਲਾ ਜਵਾਬ ਗੁਰਮੁਖ ਸਿੰਘ ਦਾ ਜੀ, ਰਾਜਵਿੰਦਰ ਸਿੱਖ ਉਹਦਾ ਵੀ ਜਵਾਬ ਆ ਗਿਆ, ਵੈਰੀ ਗੁੱਡ, ਕਲੀਅਰ ਹੈ ਜੀ। ਜੀ ਜੀ ਸਟੂਡੈਂਟਸ, ਜ਼ਰੂਰ ਸਹੀ ਹੈ, ਬਿਲਕੁਲ ਸਹੀ ਹੈ, ਤੁਸੀਂ ਕਰ ਰਹੇ ਹੋ, ਗੁੱਡ ਹੈ। ਮਤਲਬ ਕੀ ਹੈ, ਰਿਵਰਸਲ ਆਫ ਲੈਟਰਸ, ਜਗਸੀਰ ਸਿੰਘ, ਰਾਜਵੀਰ ਸਰਾਓ, ਕੌਰ ਪੂਜਾ, ਮੋਨੂ ਲਹਿਰਾ, ਵੈਰੀ ਗੁੱਡ। ਰਿਵਰਸਲ ਆਫ ਲੈਟਰਸ ਇਸ ਤਰ੍ਹਾਂ ਹੀ ਹੋਏਗਾ। ਅਗਲੀ ਟਾਈਪ ਜਿਹੜੀ ਆਉਂਦੀ ਹੈ ਮੋਸਟ ਇੰਪੋਰਟੈਂਟ ਟਾਈਪ ਹੈਗੀ, ਕੁਲਦੀਪ ਕੌਰ, ਗੁੱਡ। ਅਗਲੀ ਟਾਈਪ ਉਹਦਾ ਨਾਮ ਕੀ ਹੈਗਾ, ਉਹਦਾ ਨਾਮ ਹੈ ਬਈ ਜਿਹੜਾ ਆਪਾਂ ਪਹਿਲੇ ਦੇ ਵਿੱਚ ਪੜ੍ਹ ਚੁੱਕੇ ਹਾਂ, ਨਾਮ ਇਹਦਾ ਓਪੋਜਿਟ ਜਾਂ ਓਪੋਜਿਟ ਵਰਡਸ ਕਹਿ ਸਕਦੇ ਹਾਂ ਅਸੀਂ। ਓਪੋਜਿਟ ਲੈਟਰ ਦਾ ਮਤਲਬ ਹੋ ਗਿਆ ਅੱਖਰ, ਵਰਡ ਦਾ ਮਤਲਬ ਹੋ ਗਿਆ ਪੂਰੇ ਦਾ ਪੂਰਾ ਸ਼ਬਦ। ਓਪੋਜਿਟ ਦਾ ਮਤਲਬ ਕੀ ਹੈ, ਵਿਰੋਧੀ, ਕੀ ਬਣ ਗਿਆ, ਵਿਰੋਧੀ ਅੱਖਰ ਜਾਂ ਕਹਿ ਲਓ ਵਿਰੋਧੀ ਸ਼ਬਦ, ਕੁਛ ਵੀ ਕਹਿ ਸਕਦੇ ਹੋ। ਸਵਾਲ ਤੁਹਾਨੂੰ ਪਾਤਾ, ਕਹੂਗਾ ਜੀ ਡੀ ਈ, ਜੇਕਰ ਪੂਰੀ ਲਾਈਨ ਲਿਖੂਗਾ ਕਿਵੇਂ ਸਵਾਲ ਬਣਦਾ, ਜੇਕਰ ਜੇਕਰ ਡੀ ਈ ਸੀ ਓ ਡੀ ਈ, ਜੇਕਰ ਡਿਕੋਡ ਨੂੰ
ਭਾਸ਼ਾ ਵਿੱਚ ਜੇਕਰ ਡਿਕੋਡ ਨੂੰ ਕਿਸੇ ਭਾਸ਼ਾ ਵਿੱਚ ਡਬਲਯੂ ਵੀ ਐਕਸ ਐਲ ਫਿਰ ਆ ਗਿਆ ਡਬਲਯੂ ਔਰ ਫਿਰ ਆ ਗਿਆ ਵੀ ਇਸ ਤਰ੍ਹਾਂ ਵਿੱਚ ਲਿਖਦਾ ਹੈ ਕੂਡ ਭਾਸ਼ਾ ਵਿੱਚ ਇਸ ਤਰ੍ਹਾਂ ਲਿਖਦਾ ਹੈ ਤਾਂ ਤਾਂ ਦੱਸੋ ਜੀ ਏ ਡੀ ਆਰ ਈ ਐਸ ਈ ਅਡਰੈਸੇ ਨੂੰ ਕੀ ਲਿਖੇਗਾ ਨੂੰ ਕੀ ਲਿਖਿਆ ਜਾਵੇਗਾ ਨੂੰ ਕੀ ਲਿਖਿਆ ਜਾਵੇਗਾ ਬਣਾਓ ਫਟਾਫਟ ਕੀ ਲਿਖਿਆ ਜਾਵੇਗਾ ਇਸ ਤਰ੍ਹਾਂ ਦਾ ਸਵਾਲ ਬਣ ਸਕਦਾ ਕਲੀਅਰ ਜੀ ਡਬਲਯੂ ਬੀ ਐਕਸ ਐਲ ਡਬਲਯੂ ਬੀ ਰਾਜਵਿੰਦਰ ਸੇਖੋ ਹਾਂਜੀ ਹਾਂ ਬਿਲਕੁਲ ਡਿਕੋਡ ਨੂੰ ਇਸ ਤਰ੍ਹਾਂ ਲਿਖਤਾ ਤਾਂ ਐਡਰੈਸੇ ਨੂੰ ਕੀ ਲਿਖੇਗਾ ਐਡਰੈਸੇ ਨੂੰ ਕੀ ਲਿਖੇਗਾ ਜਗਦੀਪ ਸਿੰਘ ਐਡਰੈਸੇ ਨੂੰ ਪਹਿਲਾਂ ਦੇਖੋ ਕਿ ਡਿਕੋਡ ਨੂੰ ਉਹਨੇ ਇਸ ਤਰ੍ਹਾਂ ਲਿਖਿਆ ਕਿਵੇਂ ਲਿਖਿਆ ਸਭ ਤੋਂ ਪਹਿਲੀ ਗੱਲ ਇਹਨੂੰ ਪੜ੍ਹੋ ਡਿਕੋਡ ਨੂੰ ਇਸ ਤਰ੍ਹਾਂ ਲਿਖਿਆ ਕਿਵੇਂ ਲਿਖਿਆ ਡੀ ਈ ਥੋੜਾ ਇਰੇਜ ਕਰ ਦਿੰਦੇ ਆਪਣੇ ਕੋਲ ਬੋਰਡ ਦੀ ਪ੍ਰੋਬਲਮ ਹੈ ਇੱਥੇ ਲਿਖਦਾ ਮੈਂ ਉੱਪਰ ਜੀ ਡੀ ਈ ਸੀ ਓ ਡੀ ਈ ਡਿਕੋਡ ਡਿਕੋਡ ਨੂੰ ਮਾਨਸੀ ਦਾ ਜਵਾਬ ਆਇਆ ਰਾਜਵਿੰਦਰ ਦਾ ਜਵਾਬ ਆਇਆ ਦੇਖਦੇ ਹਾਂ ਡਿਕੋਡ ਨੂੰ ਕੀ ਲਿਖਦਾ ਜੀ ਡਿਕੋਡ ਨੂੰ ਲਿਖਦਾ ਕਹਿੰਦਾ ਜੀ ਡਬਲਯੂ ਬੀ ਐਕਸ ਐਲ ਡਬਲਯੂ ਬੀ ਡਬਲਯੂ ਵੀ ਐਕਸ ਐਲ ਡਬਲਯੂ ਵੀ ਡਿਕੋਡ ਨੂੰ ਇਸ ਤਰ੍ਹਾਂ ਲਿਖ ਰਿਹਾ ਹੋ ਡਿਕੋਡ ਨੂੰ ਲਿਖਦਾ ਡਬਲਯੂ ਬੀ ਐਕਸ ਐਲ ਡਬਲਯੂ ਬੀ ਤਾਂ ਤੁਸੀਂ ਦੱਸਣਾ ਜੀ ਐਡਰੈਸੇ ਨੂੰ ਕਿਸ ਤਰ੍ਹਾਂ ਲਿਖੂਗਾ ਏ ਡੀ ਆਰ ਈ ਐਸ ਈ ਇਸ ਨੂੰ ਕਿਸ ਤਰ੍ਹਾਂ ਲਿਖੇਗਾ ਜਿਹੜੀ ਭਾਸ਼ਾ ਦੇ ਵਿੱਚ ਡਿਕੋਡ ਤੋਂ ਉਹਨੇ ਇਹ ਵਾਲਾ ਸ਼ਬਦ ਬਣਾਇਆ ਸੇਮ ਭਾਸ਼ਾ ਦੇ ਵਿੱਚ ਐਡਰੈਸੇ ਦਾ ਕੋਡ ਬਣਾਵਾਂਗੇ ਸੇਮ ਭਾਸ਼ਾ ਦੇ ਵਿੱਚ ਠੀਕ ਹੈ ਜੀ ਰਮਨਦੀਪ ਕੌਰ ਗੁੱਡ ਲਓ ਜੀ ਸਭ ਤੋਂ ਪਹਿਲਾਂ ਦੇਖੋ ਸਭ ਤੋਂ ਪਹਿਲਾਂ ਕਰਮ ਧਰਮ ਇੱਕ ਚੀਜ਼ ਸਮਝ ਲਓ ਕਿ ਸਾਡਾ ਰੀਜ਼ਨਿੰਗ ਕਰਨ ਵੇਲੇ ਕਰਮ ਧਰਮ ਕੀ ਹੁੰਦਾ ਗਾ ਅਸੀਂ ਕੋਡਿੰਗ ਲਗਾਉਣੀ ਹੈ ਸਭ ਤੋਂ ਪਹਿਲਾਂ ਅੱਖਰ ਲਗਾਉਣਾ ਕਿ ਕਿਹੜਾ ਅੱਖਰ ਕਿੰਨੇ ਨੰਬਰ ਤੇ ਹੈ ਡੀ ਸਾਡੇ ਕੋਲ 4 ਨੰਬਰ ਤੇ ਹੈ ਈ 5 ਤੇ ਹੈ ਸੀ 3 ਤੇ ਹੈ ਓ 15 ਤੇ ਹੈ ਡੀ 4 ਤੇ ਹੈ ਈ 5 ਤੇ ਹੈ ਜੇ ਪਹਿਲੀ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੈਕਟਿਸ ਦਿੱਤੀ ਸੀ ਕਰਨ ਨੂੰ ਜੇ ਕਰ ਲਈ ਹੋਊਗੀ ਤਾਂ ਸਿੱਖ ਜਾਓਗੇ ਠੀਕ ਹੈ ਜੀ ਡਬਲਯੂ ਕਿੰਨੇ ਤੇ ਹੈ 23 ਤੇ ਹੈ 22 24 12 23 ਔਰ 22 ਇਹ ਬਣਦਾ ਜੀ ਹੁਣ ਇਹਦੇ ਵਿੱਚ ਕੀ ਹੈ ਦੇਖੋ ਇੱਕ ਦੂਜੇ ਦੇ ਓਪੋਜਿਟ ਨੇ ਇਹ ਜੇ ਡਬਲਯੂ ਅਗਲੇ ਪਾਸੋਂ ਏ ਬੀ ਸੀ ਡੀ ਜੇ ਡਬਲਯੂ ਅਗਲੇ ਪਾਸੋਂ 4 ਨੰਬਰ ਤੇ ਪੈਂਦਾ ਹੈ ਪਿਛਲੇ ਪਾਸੋਂ ਚੌਥੇ ਤੇ ਡਬਲਯੂ ਪੈ ਰਿਹਾ 1 2 3 4 ਦੇਖੋ ਜੀ ਪਿਛਲੇ ਪਾਸੋਂ ਚੌਥੇ ਨੰਬਰ ਤੇ ਕੀ ਪੈ ਰਿਹਾ ਡਬਲਯੂ ਪੈ ਰਿਹਾ ਸਿੱਧੀ ਜੀ ਸਿੰਪਲ ਜੀ ਭਾਸ਼ਾ ਚ ਗੱਲ ਸਮਝੋ ਕਿ ਇਹਨਾਂ ਦਾ ਓਪੋਜਿਟ ਸ਼ਬਦਾਂ ਦਾ ਓਪੋਜਿਟ ਅੱਖਰਾਂ ਦਾ ਜੋੜ ਹਮੇਸ਼ਾ 27 ਹੁੰਦਾ ਹੈ ਓਪੋਜਿਟ ਅੱਖਰਾਂ ਦਾ ਜੋੜ ਹਮੇਸ਼ਾ 27 ਹੁੰਦਾ ਹੈ 4 ਤੇ 23 27 22 ਤੇ 5 27 24 ਤੇ 3 27 12 ਤੇ 15 27 23 ਤੇ 4 27 22 ਤੇ 5 27 ਕਲੀਅਰ ਇਸੇ ਤਰ੍ਹਾਂ ਹੀ ਇੱਧਰ ਵੀ 27 27 ਜੋੜ ਬਣਾਉਣਾ ਸਿੰਪਲ ਜਿਹਾ ਕੰਮ ਹੈ ਏ 1 ਤੇ ਹੈ ਡੀ 4 ਤੇ ਹੈ 18 5 19 ਤੇ 5 ਇਹਨਾਂ ਦਾ ਵੀ 27 27 ਬਣਾਉਣਾ ਇੱਥੋਂ 27 ਬਣਾਉਣ ਵਾਸਤੇ ਮੈਂ 26 ਜੋੜੂੰਗਾ ਇੱਥੋਂ 27 ਬਣਾਉਣ ਵਾਸਤੇ 23 ਇੱਥੇ 9 ਜੋੜੂੰਗਾ ਇੱਥੇ 22 ਜੋੜੂੰਗਾ ਇੱਥੇ 8 ਜੋੜੂੰਗਾ ਔਰ ਇੱਥੇ 22 ਜੋੜੂੰਗਾ 27 27 ਜੋੜ ਕਰਨਾ ਸ਼ਿਫਾਲੀ ਗੁੱਡ ਆਫਟਰਨੂਨ ਜੀ ਲਓ ਜੀ 26 ਦੇ ਅੱਖਰ ਸਾਡੇ ਕੋਲ ਹੁੰਦਾ ਹੈ 26 ਦੇ ਅੱਖਰ ਹੁੰਦਾ ਸਾਡੇ ਕੋਲ ਜ਼ੈਡ 23 ਤੇ ਹੁੰਦਾ ਸਾਡੇ ਕੋਲ ਡਬਲਯੂ 9 ਤੇ ਹੁੰਦੀ ਹੈ ਆਈ ਔਰ ਵਾਈ ਤੇ ਹੁੰਦਾ ਵੀ ਔਰ 8 ਤੇ ਹੁੰਦਾ ਐਚ ਔਰ ਵਾਈ ਤੇ ਹੁੰਦਾ ਵੀ ਆਨਸਰ ਡਬਲਯੂ ਜ਼ੈਡ ਡਬਲਯੂ ਆਈ ਵੀ ਐਚ ਵੀ ਜ਼ੈਡ ਡਬਲਯੂ ਆਈ ਵੀ ਐਚ ਵੀ ਵੈਰੀ ਗੁੱਡ ਆਨਸਰ ਕਈ ਜਾਣੇ ਦੇ ਆਏ ਹੋਏ ਆ ਲਵਪ੍ਰੀਤ ਸਿੰਘ ਗਲਤ ਹੈ ਮੈਸੇਜ ਚੈੱਕ ਕਰ ਲਓ ਇੱਕ ਵਾਰ 27 27 ਜੋੜ ਕਰਨਾ ਠੀਕ ਹੈ ਨਾ ਜੋੜ ਕੀ ਹੈ 27 27 ਬਣਾਉਣਾ ਕੁੱਲ ਮਿਲਾ ਕੇ ਕੀ ਮਤਲਬ ਹੈਗਾ ਇੱਕ ਦੂਜੇ ਦੇ ਓਪੋਜਿਟ ਨੇ ਇਹ ਜੇ ਏ ਅੱਗੇ ਪਾਸੋਂ ਪਹਿਲੇ ਨੰਬਰ ਤੇ ਹੈ ਪਿਛਲੇ ਪਾਸੋਂ ਪਹਿਲੇ ਤੇ ਕੌਣ ਪੈਂਦਾ ਹੈ ਜ਼ੈਡ ਪੈਂਦਾ ਹੈ ਏ ਕਿੰਨੇ ਤੇ 1 ਤੇ ਜ਼ੈਡ ਕਿੰਨੇ ਤੇ ਹੈ 26 ਤੇ ਦੋਨਾਂ ਨੂੰ ਜੋੜਦੇ ਆ ਕਿੰਨਾ ਬਣਦਾ ਹੈ 27 ਬਣਦਾ ਹੈ ਹਮੇਸ਼ਾ ਜੋੜ 27 ਹੀ ਬਣੂਗਾ 26 ਤੇ 1 27 23 ਤੇ 4 27 18 ਤੇ 9 27 5 ਤੇ 22 27 9 19 ਤੇ 8 27 22 ਤੇ 5 27 ਇਸ ਤਰ੍ਹਾਂ ਹੀ 26 ਲਿਖਿਆ 26 ਤੇ ਜ਼ੈਡ ਆਉਂਦਾ 23 ਤੇ ਡਬਲਯੂ 9 ਤੇ ਆਈ 22 ਤੇ ਵੀ ਔਰ ਆਪਣੇ ਕੋਲ 8 ਤੇ ਐਚ ਔਰ 22 ਤੇ ਵੀ ਇਹ ਹੈ ਸਾਡਾ ਆਨਸਰ
ਬਿਲਕੁਲ ਵੈਰੀ ਗੁੱਡ ਜਲਦੀ ਇਹ ਹੈ ਸਾਡੇ ਓਪੋਜ਼ਿਟ ਲਓ ਜੀ ਬਣਾਓ ਓਪੋਜ਼ਿਟ ਦੋ ਤਿੰਨ ਪਾਉਣਾ ਇੱਥੇ ਓਪੋਜ਼ਿਟ ਬਣਾ ਕੇ ਦੇਖੋ ਕੋਸ਼ਿਸ਼ ਕਰੋ ਬਣਾਉਣ ਦੀ ਸਭ ਤੋਂ ਪਹਿਲਾਂ ਹੈਗਾ ਹੈਲਪ ਲਾਈਨ ਐਚ ਈ ਐਲ ਪੀ ਐਲ ਆਈ ਐਨ ਈ ਹੈਲਪ ਲਾਈਨ ਹੈਲਪ ਲਾਈਨ ਦਾ ਓਪੋਜ਼ਿਟ ਬਣਾ ਦਿਓ ਫਟਾਫਟ ਹੈਲਪ ਲਾਈਨ ਹੈਲਪਲਾਈਨ ਦਾ ਓਪੋਜ਼ਿਟ ਬਣਾ ਦਿਓ ਇੱਕ ਬਣਾ ਦਿਓ ਵੋਡਾਫੋਨ ਵੀ ਓ ਡੀ ਏ ਐਫ ਓ ਐਨ ਈ ਵੋਡਾਫੋਨ ਇਹਨਾਂ ਦੋ ਦਾ ਓਪੋਜ਼ਿਟ ਬਣਾਓ ਫਟਾਫਟ ਟਰਾਈ ਕਰੋ ਓਪੋਜ਼ਿਟ ਬਣਾਉਣ ਦੀ ਟਰਾਈ ਕਰੋ ਜੋੜ ਸਤਾਈ ਸਤਾਈ ਕਰਨਾ ਜੇ ਜੋੜ ਸਤਾਈ ਕਰਦਾ ਤਾਂ ਮਤਲਬ ਆਂਸਰ ਸਾਡਾ ਬਿਲਕੁਲ ਸਹੀ ਹੈ ਕਰ ਲਓ ਫਟਾਫਟ ਜੋੜ ਸਤਾਈ ਕਰਨਾ ਓਪੋਜ਼ਿਟ ਅੱਖਰਾਂ ਦਾ ਜੋੜ ਹਮੇਸ਼ਾ ਸਤਾਈ ਹੁੰਦਾ ਹੈ ਓਪੋਜ਼ਿਟ ਅੱਖਰਾਂ ਦਾ ਜੋੜ ਹਮੇਸ਼ਾ ਸਤਾਈ ਹੁੰਦਾ ਹੈ ਕੋਡਿੰਗ ਕੋਡਿੰਗ ਦੂਜਾ ਟੌਪਿਕ ਚੱਲ ਰਿਹਾ ਹੈ ਰੀਜ਼ਨਿੰਗ ਦਾ ਪਹਿਲਾਂ ਆਪਾਂ ਪੜ੍ਹਿਆ ਸੀ ਅਲਫਾਬੈਟ ਦਾ ਅਲਫਾਬੈਟ ਦੇ ਵਿੱਚ ਆਪਾਂ ਦੇਖਿਆ ਸੀ ਕਿਹੜਾ ਅੱਖਰ ਕਿੰਨੇ ਨੰਬਰ ਤੇ ਹੈ ਪੋਲਾਈਟ ਰਾਏ ਰਾਜਵਿੰਦਰ ਸਿੱਖੋ ਦੋਨਾਂ ਦਾ ਜਵਾਬ ਆਇਆ ਜੀ ਪਹਿਲੇ ਸਵਾਲ ਦਾ ਜਵਾਬ ਦਿੱਤਾ ਮੇ ਬੀ ਇਹਨਾਂ ਨੇ ਐਸ ਵੀ ਓ ਕੇ ਓ ਆਰ ਐਮ ਬੀ ਚਲੋ ਚੈੱਕ ਕਰਦੇ ਹਾਂ ਦੂਜਾ ਸਵਾਲ ਦੋਵੇਂ ਸਵਾਲਾਂ ਦੇ ਆਂਸਰ ਫਟਾਫਟ ਦੇ ਦਿਓ ਸ਼ਿਫਾਲੀ ਸਿੰਗਲਾ ਦਾ ਵੀ ਆ ਗਿਆ ਰਾਈਟ ਦੂਜਾ ਵੀ ਦੇਖ ਲਓ ਜੀ ਨਾਲ ਨਾਲ ਟਰਾਈ ਕਰੋ ਦੂਜਾ ਵੀ ਰਾਜਵਿੰਦਰ ਸਿੱਖ ਉਹਦਾ ਦੂਜੇ ਦਾ ਵੀ ਜਵਾਬ ਆ ਗਿਆ ਵੈਰੀ ਗੁੱਡ ਚੈੱਕ ਕਰਦੇ ਹਾਂ ਕੋਈ ਗੱਲ ਗੁਰਮੁਖ ਸਿੰਘ ਦਾ ਜਵਾਬ ਆਇਆ ਵੀ ਸ਼ਾਬਾਸ਼ ਹੈਲਪ ਲਾਈਨ ਦਾ ਓਪੋਜ਼ਿਟ ਬਣਾ ਦਿਓ ਫਟਾਫਟ ਔਰ ਉਸ ਤੋਂ ਬਾਅਦ ਵੋਡਾਫੋਨ ਦਾ ਬਣਾ ਦਿਓ ਲਓ ਜੀ ਹੈਲਪ ਲਾਈਨ ਦਾ ਬਣਾ ਲਿਆ ਹੋਊਗਾ ਮੋਸਟਲੀ ਸਟੂਡੈਂਟਸ ਨੇ ਮੇਰਾ ਆਂਸਰ ਬਣਾ ਦੇਣਾ ਇਹਨੇ ਵੋਡਾਫੋਨ ਦਾ ਤੁਸੀਂ ਕਮੈਂਟ ਕਰ ਦਿਓ ਸਾਰੇ ਜਣੇ ਹੈਲਪ ਲਾਈਨ ਦਾ ਐਚ ਸਾਡੇ ਕੋਲ 8 ਤੇ ਹੈ ਈ 5 ਤੇ ਹੈ ਐਲ 12 ਤੇ ਹੈ ਪੀ 16 ਤੇ ਹੈ ਐਲ 12 ਤੇ ਹੈ ਆਈ 9 ਤੇ ਹੈ ਐਨ 14 ਤੇ ਹੈ ਔਰ ਈ 5 ਤੇ ਹੈ ਦਿਖ ਰਿਹਾ ਸਾਰਿਆਂ ਨੂੰ ਬਿਲਕੁਲ ਚਲੋ ਜੀ 8 ਦੇ ਵਿੱਚ ਕਿੰਨੇ ਜੋੜੀਏ 27 ਬਣ ਜੇ ਅਸੀਂ ਕਹਾਂਗੇ ਜੀ 19 8 ਦੇ ਵਿੱਚ ਕਿੰਨੇ ਜੋੜੀਏ 27 ਬਣ ਜਾਊਗਾ 19 5 ਦੇ ਵਿੱਚ 22 ਜੋੜਾਂਗੇ 12 ਦੇ ਵਿੱਚ 15 ਜੋੜਾਂਗੇ 16 ਦੇ ਵਿੱਚ 11 ਜੋੜਾਂਗੇ 12 ਚ 15 ਜੋੜਾਂਗੇ ਔਰ 9 ਚ 18 ਜੋੜਾਂਗੇ 14 ਚ 13 ਜੋੜਾਂਗੇ ਔਰ 22 ਚ 5 ਜੋੜਾਂਗੇ ਕਲੀਅਰ ਜੀ ਸਾਰਿਆਂ ਦਾ ਜੋੜ 27 27 ਬਣ ਰਿਹਾ ਦੇਖੋ 19 ਤੇ ਅੱਖਰ ਐਸ ਹੈ ਇੱਥੇ ਵੀ ਹੈ ਇੱਥੇ ਓ ਹੈ ਇੱਥੇ ਕੇ ਹੈ ਐਸ ਵੀ ਓ ਕੇ 15 ਤੇ ਓ ਹੈ 18 ਤੇ ਆਰ 13 ਤੇ ਐਮ 22 ਤੇ ਵੀ ਲਓ ਜੀ ਪਹਿਲੇ ਸਵਾਲ ਦਾ ਜਵਾਬ ਐਸ ਵੀ ਓ ਕੇ ਓ ਆਰ ਐਮ ਵੀ ਪਹਿਲੇ ਸਵਾਲ ਦਾ ਜਵਾਬ ਬਿਲਕੁਲ ਜੀ ਪਹਿਲੇ ਸਵਾਲ ਦਾ ਜਵਾਬ ਰਾਈਟ ਨਾਲ ਨਾਲ ਜਿਨ੍ਹਾਂ ਨੇ ਬਣਾ ਲਿਆ ਦੂਜੇ ਦਾ ਇਹ ਬਣਾ ਲਿਆ ਉਹ ਤੀਜਾ ਸ਼ਬਦ ਲਿਖ ਲਓ ਉਹਦਾ ਬਣਾ ਦਿਓ ਜੀ ਨੈਸਲੇ ਐਨ ਈ ਐਸ ਟੀ ਐਲ ਈ ਇਹਦਾ ਬਣਾ ਦਿਓ ਤੁਸੀਂ 5 ਦੇ ਅੱਖਰ ਕੌਣ ਹੈ ਈ ਹੈ ਆਂਸਰ ਉਸ ਤੋਂ ਬਾਅਦ ਉਹ ਕਿੰਨੇ ਤੇ ਹੈ 15 ਤੇ ਕਿੰਨੇ ਜੋੜੀਏ 22 ਬਣਾਉਣਾ ਪਊਗਾ 12 ਜੋੜਾਂਗੇ ਪਹਿਲਾਂ 15 ਚ 10 ਜੋੜੇ 25 ਫਿਰ 2 ਜੋੜੇ 27 12 ਤੇ ਸਾਡੇ ਕੋਲ ਐਲ ਹੈ ਡੀ 4 ਤੇ ਹੈ 4 ਦੇ ਵਿੱਚ ਕਿੰਨੇ ਜੋੜਾਂਗੇ 23 ਜੋੜਾਂਗੇ 23 ਤੇ 4 ਕਿੰਨਾ ਹੁੰਦਾ 27 ਇੱਥੇ 23 ਦੇ ਅੱਖਰ ਕੀ ਹੈ ਡਬਲਯੂ ਏ ਦਾ ਓਪੋਜ਼ਿਟ ਪਤੀ ਹੈ ਸਾਰਿਆਂ ਨੂੰ ਜੈਡ ਏ ਮੂਰਲੇ ਬਸ ਇੱਕ ਤੇ ਹੈ ਮਗਰਲੇ ਬਸ ਪਹਿਲੇ ਤੇ ਕੌਣ ਹੈ ਜੈਡ ਹੈ ਐਫ ਸਾਡੇ ਕੋਲ 6 ਤੇ ਹੈ ਔਰ ਇੱਧਰਲੇ ਪਾਸੇ ਅਸੀਂ 21 ਜੋੜਾਂਗੇ 21 ਦੇ ਅੱਖਰ ਪੈਂਦਾ ਯੂ ਉਹ ਸਾਡੇ ਕੋਲ 15 ਤੇ ਹੈ ਇੱਥੇ 12 ਜੋੜਾਂਗੇ 12 ਜੋੜੇ ਐਲ ਐਨ 14 ਤੇ ਹੈ 14 ਚ 13 ਜੋੜ ਕੇ 27 ਬਣਦਾ ਠੀਕ ਹੈ ਨਾ 13 ਦੇ ਅੱਖਰ ਆਉਂਦਾ ਐਮ ਈ 5 ਤੇ ਹੈ ਔਰ ਇਹਦੇ ਵਿੱਚ 22 ਜੋੜਾਂਗੇ 22 ਤੇ 5 27 ਹੁੰਦਾ ਤਾਂ ਇੱਥੇ ਵੀ ਆ ਗਿਆ ਈ ਐਲ ਡਬਲਯੂ ਜੈਡ ਯੂ ਐਲ ਐਮ ਵੀ ਬੋਲੋ ਜੀ ਕਲੀਅਰ ਈ ਐਲ ਡਬਲਯੂ ਜੈਡ ਯੂ ਐਲ ਐਮ ਵੀ ਵੀ ਆਏਗਾ ਗੁਰਮੁਖ ਸਿੰਘ ਜੀ ਵੀ ਆਏਗਾ ਲਾਸਟ ਤੇ ਠੀਕ ਹੈ ਜੀ ਲਾਸਟ ਤੇ ਵੀ ਆਏਗਾ ਐਲ ਡਬਲਯੂ ਜੈਡ ਈ ਐਲ ਡਬਲਯੂ ਜੈਡ ਯੂ ਐਲ ਐਮ ਬੀ ਯੂ ਐਲ ਐਮ ਬੀ ਰਾਈਟ ਆਂਸਰ ਆਲਮੋਸਟ ਸਾਰਿਆਂ ਦਾ ਆਂਸਰ ਰਾਈਟ ਹੈ ਤੀਜਾ ਸਵਾਲ ਦੇਖ ਲਓ ਇੱਕ ਵਾਰ ਨੈਸਲੇ ਦਾ ਨੈਸਲੇ ਦਾ ਜਿਵੇਂ ਜਿਵੇਂ ਪ੍ਰੈਕਟਿਸ ਕਰੋਗੇ ਤੇਜ਼ ਹੁੰਦੇ ਜਾਓਗੇ ਐਨ 14 ਤੇ ਈ 5 ਤੇ ਐਸ 19 ਟੀ 20 ਐਲ 12 ਈ 5 14 ਦੇ ਵਿੱਚ 13 ਜੋੜਾਂਗੇ 13 ਤੇ ਅੱਖਰ ਹੁੰਦਾ ਐਮ 5 ਦੇ ਵਿੱਚ 22 ਜੋੜਾਂਗੇ 22 ਦਾ ਅੱਖਰ ਹੈ ਵੀ 19 ਦੇ ਵਿੱਚ 8 ਜੋੜਾਂਗੇ ਕਿਉਂ ਜੋੜ ਰਹੇ ਹਾਂ ਕਿਉਂਕਿ ਜੋੜ ਅਸੀਂ ਨੇ 27 ਬਣਾਉਣਾ
8 ਤੇ ਅੱਖਰ ਪੈਂਦਾ ਐਚ 20 ਦੇ ਵਿੱਚ 7 ਜੋੜਾਂਗੇ 7 ਤੇ ਅੱਖਰ ਪੈਂਦਾ ਜੀ 12 ਦੇ ਵਿੱਚ 15 ਜੋੜਾਂਗੇ 15 ਦੇ ਅੱਖਰ ਪੈਂਦਾ ਸਾਡੇ ਕੋਲ ਓ 5 ਦੇ ਵਿੱਚ 22 ਜੋੜਾਂਗੇ 22 ਦਾ ਅੱਖਰ ਪੈਂਦਾ ਵੀ ਲਓ ਜੀ ਇਹ ਆ ਗਿਆ ਸਾਡੇ ਕੋਲ ਆਨਸਰ ਨੈਚਰਲੇ ਦਾ ਐਮ ਬੀ ਐਚ ਜੀ ਜਗਸੀਰ ਸਿੰਘ ਜੀ ਰੋਂਗ ਆਨਸਰ ਚੈੱਕ ਕਰੋ ਇੱਕ ਵਾਰ ਇੱਥੇ ਦੇਖੋ ਗਗਨਦੀਪ ਕੌਰ ਰਾਈਟ ਆਨਸਰ ਰੋਂਗ ਹੈ ਡੀ ਨਹੀਂ ਆਏਗਾ ਚੈੱਕ ਕਰੋ ਐਸ ਕਿੰਨੇ ਤੇ 19 ਤੇ 19 ਦੇ ਵਿੱਚ 8 ਜੋੜਾਂਗੇ 8 ਤੇ ਅੱਖਰ ਐਚ ਪੈਂਦਾ 8 ਤੇ ਅੱਖਰ ਕੀ ਪੈਂਦਾ ਐਚ ਪੈਂਦਾ 19 ਦੇ ਵਿੱਚ 8 ਜੋੜੇ 27 ਹੁੰਦਾ 8 ਅੱਖਰ 8 ਤੇ ਪੈਂਦਾ ਸਾਡੇ ਕੋਲੇ ਐਚ ਨਾਲ ਨਾਲ ਲਓ ਜੀ ਇੱਕ ਸਵਾਲ ਹੋਰ ਟਰਾਈ ਕਰ ਲਓ ਪ੍ਰੈਕਟਿਸ ਹੈ ਜਿੰਨੀ ਕਰ ਲਓਗੇ ਬੈਨੀਫਿਟ ਆ ਤੁਹਾਨੂੰ ਐਮਰਜੈਂਸੀ ਔਰ ਇੱਕ ਪੁਲਿਸ ਦੋ ਦਾ ਬਣਾ ਦਿਓ ਇੱਕ ਬਣਾ ਦਿਓ ਪੁਲਿਸ ਪੀ ਓ ਐਲ ਆਈ ਸੀ ਈ ਪੁਲਿਸ ਇੱਕ ਬਣਾ ਦਿਓ ਜੀ ਐਮਰਜੈਂਸੀ ਈ ਐਮ ਈ ਆਰ ਜੀ ਆਉਣਗੇ ਜਗਸੀਰ ਗਗਨਦੀਪ ਆਨਸਰ ਸਹੀ ਆਉਣਗੇ ਉਮੀਦ ਕਰਦਾ ਮੈਂ ਨਹੀਂ ਜੀ ਗਗਨ ਚਹਿਲ ਗਲਤ ਸੀਗਾ ਆਨਸਰ ਤੁਹਾਡਾ ਵਾਲਾ ਇਹਦੀ ਟਰਾਈ ਕਰੋ ਟਰਾਈ ਕਰੋ ਪਹਿਲੀ ਪਹਿਲੀ ਵੀਡੀਓ ਦੇਖੀ ਹੁੰਦੀ ਤਾਂ ਇਹ ਗਲਤੀਆਂ ਨਾ ਹੁੰਦੀਆਂ ਜੇ ਪਹਿਲੀ ਵੀਡੀਓ ਦੇਖ ਲੈਂਦੇ ਕਿਉਂਕਿ ਤੁਹਾਨੂੰ ਉਹਦੇ ਵਿੱਚ ਦੱਸਿਆ ਕਿ ਕਿਹੜਾ ਅੱਖਰ ਕਿੰਨੇ ਨੰਬਰ ਤੇ ਯਾਦ ਕਰਨਾ ਬਹੁਤ ਸੌਖਾ ਗਾ ਗੁੱਡ ਰਾਜਵਿੰਦਰ ਸਿੱਖ ਦਾ ਜਵਾਬ ਆ ਰਿਹਾ ਵੈਰੀ ਗੁੱਡ ਪਾਸ ਚੱਲ ਰਹੇ ਹੋ ਬਹੁਤ ਪੁਲਿਸ ਔਰ ਐਮਰਜੈਂਸੀ ਦੋਨਾਂ ਦਾ ਬਣਾਓ ਗਈ ਆਨਸਰ ਪੁਲਿਸ ਤੇ ਐਮਰਜੈਂਸੀ ਹਾਈਡਿੰਗ ਦੀ ਤਾਂ ਆਪਾਂ ਲੋੜ ਨਹੀਂ ਪੁਲਿਸ ਤੇ ਐਮਰਜੈਂਸੀ ਮੋਨੂ ਲਹਿਰਾ ਗੁੱਡ ਸ਼ਿਫਾਲੀ ਸਿੰਗਲਾ ਗੁੱਡ ਰਾਜਵੀਰ ਰਾਜਵੀਰ ਔਰ ਸੰਦੀਪ ਗੁੱਡ ਚੈੱਕ ਕਰ ਲਓ ਇੱਕ ਵਾਰੀ ਆਨਸਰ ਕਿਤੇ ਨਾ ਕਿਤੇ ਕਮੀ ਲੱਗ ਰਹੀ ਹੈ ਸੰਦੀਪ ਕੌਰ ਮਗਰ ਐਚ ਨਹੀਂ ਆਉਂਦਾ ਹੈਗਾ ਲਾਸਟ ਤੇ ਗੁਰਸੇਵਕ ਸਿੰਘ ਗੁੱਡ ਰਮਨਦੀਪ ਨੇ ਅਗਲੇ ਸਵਾਲ ਦਾ ਵੀ ਕੱਢਤਾ ਲਓ ਜੀ ਪਹਿਲਾਂ ਪੁਲਿਸ ਦਾ ਚੈੱਕ ਕਰਦੇ ਹਾਂ ਪੀ ਸਾਡੇ ਕੋਲ ਕਿੰਨੇ ਤੇ ਹੈ 16 ਤੇ ਕਿੰਨੇ ਜੋੜੀਏ 11 27 ਬਣਾਉਣ ਵਾਸਤੇ ਚਲੋ ਜੀ ਫਿਰ ਉਸ ਤੋਂ ਬਾਅਦ ਆ ਗਈ ਓ ਓ ਕਿੰਨੇ ਤੇ ਹੈ 15 ਤੇ 15 ਦੇ ਵਿੱਚ ਕਿੰਨੇ ਜੋੜੀਏ 12 ਉਸ ਤੋਂ ਬਾਅਦ ਐਲ 12 ਤੇ 12 ਦੇ ਵਿੱਚ 15 ਜੋੜਾਂਗੇ ਆਈ 9 ਤੇ ਇਹਦੇ ਵਿੱਚ 18 ਜੋੜਾਂਗੇ ਸੀ 3 ਤੇ ਇਹਦੇ ਵਿੱਚ 24 ਜੋੜਾਂਗੇ ਈ 5 ਤੇ ਇਹਦੇ ਵਿੱਚ 22 ਜੋੜਾਂਗੇ 11 ਤੇ ਸਾਡੇ ਕੋਲ ਅੱਖਰ ਪੈਂਦਾ ਕੇ 12 ਦੇ ਅੱਖਰ ਪੈਂਦਾ ਐਲ 15 ਦੇ ਪੈਂਦਾ ਓ 18 ਦੇ ਪੈਂਦਾ ਆਰ 24 ਤੇ ਪੈਂਦਾ ਐਕਸ ਔਰ ਇੱਥੇ ਪੈਂਦਾ ਸਾਡੇ ਕੋਲ ਵੀ ਕੇ ਐਲ ਓ ਆਰ ਐਕਸ ਵੀ ਕੇ ਐਲ ਓ ਆਰ ਐਕਸ ਵੀ ਵੈਰੀ ਗੁੱਡ ਕੇ ਐਲ ਆਏਗਾ ਵੀਲੇ ਮੋਨੂ ਲਹਿਰਾ ਕੇ ਐਲ ਆਏਗਾ ਉਹਦਾ ਓਪੋਜਿਟ ਐਲ ਹੁੰਦਾ ਜੋੜ 27 ਕਰਨਾ ਆਪਾਂ ਨੇ ਕੇ ਐਲ ਓ ਆਰ ਐਕਸ ਵੀ ਜੀਵਨ ਵੈਰੀ ਗੁੱਡ ਵੈਲਕਮ ਸਤਿ ਸ਼੍ਰੀ ਅਕਾਲ ਜੀ ਅੱਜ ਤੇ ਦਰਸ਼ਨ ਕੇ ਐਲ ਓ ਆਰ ਐਕਸ ਵੀ ਠੀਕ ਹੈ ਜੀ ਅਗਲਾ ਇਹਦੇ ਵਿੱਚ ਕੀ ਸੀਗਾ ਆਪਾਂ ਨੇ ਜੋੜ 27 ਕਰਨਾ ਸੀ ਜੋੜ ਕਿੰਨਾ ਕਰਨਾ ਸੀ 27 ਕਰਨਾ ਸੀ ਅੱਗੇ ਇਹਦੇ ਵਿੱਚ ਵੀ ਆਪਾਂ ਸੇਮ ਹੈਗਾ ਓਪੋਜਿਟ ਕੱਢਣ ਵਾਸਤੇ ਹਮੇਸ਼ਾ ਜੋੜ 27 ਬਣਾਉਣਾ ਹੁੰਦਾ ਈ ਹੈ 5 ਤੇ 5 ਦੇ ਵਿੱਚ 22 ਜੋੜਾਂਗੇ ਤਾਂ ਹੀ 27 ਬਣੂਗਾ 22 ਦਾ ਅੱਖਰ ਕੀ ਪੈਂਦਾ ਵੀ ਪੈਂਦਾ ਐਮ ਸਾਡੇ ਕੋਲ 13 ਤੇ ਹੈ 13 ਦੇ ਵਿੱਚ 14 ਜੋੜਾਂਗੇ ਤਾਂ 27 ਬਣੂ 14 ਤੇ ਕੌਣ ਹੈ ਐਨ ਆਊਗਾ ਈ ਸਾਡੇ ਕੋਲ ਫੇਰ 5 ਤੇ ਹੈ 22 ਜੋੜਿਆ ਕਿੰਨਾ ਬਣ ਗਿਆ 20 ਬਣ ਗਿਆ ਆਰ 18 ਤੇ ਹੈ 18 ਦੇ ਵਿੱਚ ਜੋੜ ਲਓ 9 9 ਜੋੜੇ 9 ਤੇ ਆ ਗਿਆ ਅੱਖਰ ਆਈ ਜੀ 7 ਤੇ ਹੈ ਇਹਦੇ ਵਿੱਚ 20 ਜੋੜਾਂਗੇ 20 ਤੇ ਸਾਡੇ ਕੋਲ ਅੱਖਰ ਪੈਂਦਾ ਹੈਗਾ ਟੀ ਈ ਸਾਡੇ ਕੋਲ 5 ਤੇ ਹੈ 5 ਦੇ ਵਿੱਚ 22 ਜੋੜਾਂਗੇ 22 ਤੇ ਅੱਖਰ ਪੈਂਦਾ ਸਾਡੇ ਕੋਲ ਵੀ ਉਸ ਤੋਂ ਬਾਅਦ ਐਨ ਸਾਡੇ ਕੋਲ 14 ਤੇ ਹੈ 14 ਦੇ ਵਿੱਚ 13 ਜੋੜਾਂਗੇ 13 ਦੇ ਅੱਖਰ ਆਉਂਦਾ ਐਮ ਸੀ ਸਾਡੇ ਕੋਲ 3 ਤੇ ਹੈ 3 ਦੇ ਵਿੱਚ 24 ਜੋੜਾਂਗੇ 24 ਦੇ ਅੱਖਰ ਪੈਂਦਾ ਐਕਸ ਔਰ 22 ਸਾਡੇ ਕੋਲ 25 ਤੇ ਹੈ 25 ਦੇ ਵਿੱਚ 2 ਜੋੜਾਂਗੇ 2 ਤੇ ਅੱਖਰ ਪੈਂਦਾ ਸਾਡੇ ਕੋਲ ਵੀ ਵੀ ਐਨ ਵੀ ਆਈ ਟੀ ਵੀ ਐਮ ਐਕਸ ਵੀ ਇਹ ਆਨਸਰ ਬਣਦਾ ਸੁਦਾਗਰ ਸਿੰਘ ਵੈਲਕਮ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਅੱਜ ਤਾਂ ਦਰਸ਼ਨ ਦੇ ਰੱਖੇ ਨੇ ਸਾਰਿਆਂ ਨੇ
VNVITVMXB ਇਹ ਆਨਸਰ ਬਣਦਾ ਵੀ VNVITVMXB ਰਾਈਟ ਰਾਈਟ ਵੈਰੀ ਗੁੱਡ ਲਵਪ੍ਰੀਤ ਸਿੰਘ ਗੁੱਡ ਕੁਲਦੀਪ ਕੌਰ ਕੁਲਦੀਪ ਕੌਰ ਕਿਹੜੇ ਸਵਾਲ ਦਾ ਜਵਾਬ ਚੱਲ ਰਿਹਾ ਤੁਹਾਡਾ ਇਹਦਾ ਤੁਸੀਂ ਪਿੱਛੇ ਜਾ ਰਹੇ ਹੋ ਵੀਡੀਓ ਨੂੰ ਅੱਗੇ ਕਰੋ ਰੈਗੂਲਰ ਜਿੱਥੇ ਲਾਈਵ ਚੱਲ ਰਹੇ ਆ ਆਪਣੇ ਉਹਦੇ ਵਿੱਚ ਦੇਖੋ ਕਲਿੱਕ ਕਰਕੇ ਦੇਖੋ ਤੁਹਾਡੀ ਨੀਚੇ ਵਾਲੀ ਜਿਹੜੀ ਲਾਈਨ ਚੱਲ ਰਹੀ ਹੈ ਲਾਲ ਜੀ ਉਹ ਬਿਲਕੁਲ ਐਂਡ ਤੇ ਲੈ ਜਾਓ ਉਹਨੂੰ ਲਾਈਵ ਤੇ ਆਓ ਬਿਲਕੁਲ ਕਲੀਅਰ ਜੀ ਇੱਕ ਸਵਾਲ ਹੋਰ ਲਾਸਟ ਇਹਦਾ ਟਰਾਈ ਕਰਨਾ ਇੱਕ ਸਵਾਲ ਹੋਰ ਸਵਾਲ ਦਾ ਨਾਮ ਹੈ ਭਾਈ ਮਰੂਤੀ ਸਵਾਲ ਦਾ ਨਾਮ ਹੈ ਮਰੂਤੀ ਐਮ ਏ ਆਰ ਯੂ ਟੀ ਆਈ ਫਟਾਫਟ ਸਾਰੇ ਜਾਣੇ ਆਂਸਰ ਦੇ ਦਿਓ ਮਰੂਤੀ ਦਾ ਓਪੋਜਿਟ ਬਣਾਉਣਾ ਮਰੂਤੀ ਦਾ ਓਪੋਜਿਟ ਬਣਾਉਣਾ ਫਟਾਫਟ ਬਣਾ ਦਿਓ ਇਹਦੇ ਨਾਲ ਮੈਚ ਕਰਾ ਲਓ ਆਪਾਂ ਉਹਦਾ ਆਂਸਰ ਬਈ ਗੁਰਮੁਖ ਸਿੰਘ ਵੀ ਐਨ ਵੀ ਆਈ ਟੀ ਵੀ ਐਮ ਐਕਸ ਵੀ ਵੈਰੀ ਗੁੱਡ ਗੁਰਮੁਖ ਸਿੰਘ ਵੈਰੀ ਗੁੱਡ ਆ ਗਿਆ ਸਭ ਚ ਮਰੂਤੀ ਦਾ ਬਣਾ ਦਿਓ ਫਟਾਫਟ ਫਟਾਫਟ ਮਰੂਤੀ ਦਾ ਬਣਾ ਦਿਓ ਆਂਸਰ ਮੋਨੂ ਲਹਿਰਾ ਫਾਸਟ ਹੋ ਚੈੱਕ ਕਰਦੇ ਹਾਂ ਕੋਈ ਗੱਲ ਨਹੀਂ ਰਾਈਟ ਆਂਸਰ ਮੋਨੂ ਸਿੰਘ ਮੋਨੂ ਸਿੰਘ ਟੀ ਨਹੀਂ ਆਏਗਾ ਪਰ ਇੱਥੇ ਐਨ ਜੈਡ ਟੀ ਨਹੀਂ ਆਏਗਾ ਐਨ ਜੈਡ ਆਈ ਆ ਸਕਦਾ ਐਨ ਜੈਡ ਰਮਨਦੀਪ ਕੌਰ ਨੇ ਜਵਾਬ ਦਿੱਤਾ ਐਨ ਜੈਡ ਆਈ ਐਫ ਜੀ ਆਰ ਐਫ ਜੀ ਆਰ ਟਰਾਈ ਕਰੋ ਇੱਕ ਵਾਰ ਜੋੜ 27 ਬਣਾਉਣਾ ਆਪਾਂ ਨੇ ਲਵਪ੍ਰੀਤ ਗਗਨ ਚਹਿਲ ਰਾਈਟ ਆਂਸਰ ਆ ਰਹੇ ਨੇ ਸਾਰਿਆਂ ਦੇ ਵੈਰੀ ਗੁੱਡ ਸੰਦੀਪ ਜਗਦੀਪ ਐਮ ਸਾਡੇ ਕੋਲ 13 ਤੇ ਹੈ ਵਿੱਚ ਕਿੰਨੇ ਜੋੜਾਂਗੇ 27 ਬਣਾਉਣਾ ਜੋੜ ਤਾਂ ਅਸੀਂ ਕੀ ਕਰਾਂਗੇ 14 ਜੋੜਾਂਗੇ 14 ਦੇ ਅੱਖਰ ਕੌਣ ਹੈ ਐਨ ਆਉਂਦਾ ਹੈ ਉਸ ਤੋਂ ਬਾਅਦ ਏ ਸਾਡੇ ਕੋਲ 1 ਤੇ ਇਹਦੇ ਵਿੱਚ 26 ਜੋੜਾਂਗੇ 26 ਦੇ ਅੱਖਰ ਕੀ ਪੈਂਦਾ ਜੈਡ ਆਰ ਸਾਡੇ ਕੋਲ 18 ਤੇ ਹੈ 18 ਦੇ ਵਿੱਚ ਕਿੰਨੇ ਜੋੜਾਂਗੇ 9 9 ਦੇ ਅੱਖਰ ਕੀ ਹੁੰਦਾ ਸਾਡੇ ਕੋਲੇ 9 ਦੇ ਅੱਖਰ ਆਉਂਦਾ ਆਈ ਯੂ ਸਾਡੇ ਕੋਲ 22 ਯੂ ਸਾਡੇ ਕੋਲ 21 ਤੇ ਹੈ 21 ਦੇ ਵਿੱਚ ਕਿੰਨੇ ਜੋੜੀਏ 6 6 ਤੇ ਪੈਂਦਾ ਐਫ ਟੀ ਸਾਡੇ ਕੋਲ 20 ਤੇ ਹੈ ਇਹਦੇ ਵਿੱਚ 7 ਜੋੜਾਂਗੇ 7 ਦੇ ਅੱਖਰ ਪੈਂਦਾ ਜੀ ਆਈ 9 ਤੇ ਹੈ 9 ਦੇ ਵਿੱਚ 18 ਜੋੜੇ 18 ਦੇ ਅੱਖਰ ਪੈਂਦਾ ਆਰ ਐਨ ਜੈਡ ਆਈ ਐਫ ਜੀ ਆਰ ਐਨ ਜੈਡ ਆਈ ਐਫ ਜੀ ਆਰ ਵੈਰੀ ਗੁੱਡ ਤਾਰੀ ਧਾਲੀਵਾਲ ਮਿਸਟੇਕ ਹੈ ਚੈੱਕ ਕਰੋ ਐਫ ਜੀ ਆਰ ਆਏਗਾ ਲਾਸਟ ਤੇ ਆਏਗਾ ਆਰ ਕਿਊ ਫੋਰ ਕੁਈਨ ਕਿਊਈਨ ਚੰਡੀਗੜ੍ਹ ਦੀ ਕੁਈਨ 17 ਸੈਕਟਰ ਨੂੰ ਕਿਹਾ ਜਾਂਦਾ ਹੈ ਕਿਊ ਫੋਰ ਕੁਈਨ ਤਾਂ ਕਿਊ ਕਿੰਨੇ ਤੇ ਹੋਊਗੀ 17 ਤੇ ਟੋਟਲ ਅੱਖਰ 26 ਹੁੰਦੇ ਨੇ 26 ਦਾ ਅੱਧ ਕਿੰਨਾ ਹੁੰਦਾ ਮਿਡਲ ਦੇ ਵਿੱਚ 13 ਤਾਂ ਮਿਡਲ ਐਮ ਫੋਰ ਮਿਡਲ ਐਮ ਕਿੰਨੇ ਤੇ ਹੋਊਗੀ 13 ਤੇ ਟੀ 20 ਕ੍ਰਿਕਟ ਕੱਪ ਚੱਲਦੇ ਹਨ ਟੀ ਕਿੰਨੇ ਤੇ ਪੈ ਗਈ 20 ਤੇ ਕਿੰਗਜ਼ 11 ਕੇ ਕਿੰਨੇ ਤੇ ਪੈ ਗਈ 11 ਤੇ ਪੀ ਫੋਰ ਪਰੀ ਫਿਲਮਾਂ ਨਾਟਕਾਂ ਦੇ ਵਿੱਚ ਪਰੀ ਦਿਖਾਈ ਜਾਂਦੀ ਛੋਟੀ ਜਿਹੀ ਕੁੜੀ ਬਣਾਈ ਜਾਂਦੀ ਹੈ 16 ਸਾਲ ਦੀ ਉਮਰ ਹੁੰਦੀ ਹੈ 16 ਪੀ ਕਿੰਨੇ ਤੇ ਹੋਊਗੀ 16 ਤੇ ਰਾਈਟ ਹੈ ਕੁਛ ਨਹੀਂ ਹੈਗਾ ਬਿਲਕੁਲ ਸੌਖਾ ਕੰਮ ਹੈ ਪਹਿਲੀ ਵੀਡੀਓ ਨੂੰ ਇੱਕ ਵਾਰ ਟਰਾਈ ਕਰ ਲਿਓ ਦੇਖ ਲਿਓ ਆਪਦੇ ਕੀਮਤੀ ਵਕਤ ਜੋ ਵਕਤ ਕੱਢ ਕੇ ਦੇਖ ਲਿਆ ਕਰੋ ਲਓ ਜੀ ਇਹ ਸੀਗੇ ਸਾਡੇ ਓਪੋਜਿਟ ਵਾਲੇ ਇਹਦੀ ਪ੍ਰੈਕਟਿਸ ਕਰਨੀ ਹੈ ਬਾਈ ਪ੍ਰੈਕਟਿਸ ਕਰਨੀ ਹੈ ਇਹਦੀ ਪੰਜ ਪਾਉਣਾ ਗਾ ਉਹ ਪੰਜੇ ਤੁਸੀਂ ਕੀ ਕਰਨਾ ਉਹਨਾਂ ਦੀ ਪ੍ਰੈਕਟਿਸ ਕਰਨੀ ਹੈ ਪ੍ਰੈਕਟਿਸ ਕਰਕੇ ਆਪਣੇ ਨਾ ਕਮੈਂਟ ਦੇ ਵਿੱਚ ਆਂਸਰ ਹੈ ਜਿਹੜੇ ਪਾ ਦਿਓ ਪੰਜ ਪਾ ਰਹੇ ਉਹਨਾਂ ਸਾਰੇ ਤੁਸੀਂ ਓਪੋਜਿਟ ਬਣਾ ਕੇ ਕਮੈਂਟ ਦੇ ਵਿੱਚ ਆਂਸਰ ਪਾਉਣਾ ਗਾ ਟਾਈਮ ਕੱਢ ਲਿਓ ਐਵਰੀਡੇ ਈ ਵੀ ਈ ਆਰ ਵਾਈ ਡੀ ਏ ਵਾਈ ਐਵਰੀਡੇ ਉਸ ਤੋਂ ਬਾਅਦ ਆ ਗਈ ਜੀ ਇੰਸ਼ੋਰੈਂਸ ਆਈ ਐਨ ਐਸ ਯੂ ਆਰ ਏ ਐਨ ਸੀ ਈ ਇੰਸ਼ੋਰੈਂਸ ਅਗਲਾ ਆ ਗਿਆ ਆਪਣੇ ਕੋਲ ਏਅਰਟੈਲ ਏ ਆਈ ਆਰ ਟੀ ਈ ਐਲ ਏਅਰਟੈਲ ਅੱਗੇ ਆ ਗਿਆ ਆਪਣੇ ਕੋਲ ਸੈਮਸੰਗ ਐਸ ਏ ਐਮ ਐਸ ਯੂ ਐਨ ਜੀ ਸੈਮਸੰਗ ਅੱਗੇ ਆ ਗਿਆ ਆਪਣੇ ਕੋਲ ਹਿਟੈਚੀ ਮਹਿੰਦਰਾ ਕਰ ਲਓ ਐਮ ਏ ਐਚ ਆਈ ਐਨ ਡੀ ਆਰ ਏ ਮਹਿੰਦਰਾ ਵੀਡੀਓ ਖਤਮ ਹੋਣ ਤੋਂ ਬਾਅਦ ਕਮੈਂਟ ਸੈਕਸ਼ਨ ਦੇ ਵਿੱਚ ਇਹਨਾਂ ਦੇ ਜਵਾਬ ਹੈ ਜਿਹੜੇ ਤੁਸੀਂ ਦੇਣੇ ਆ ਜੀ ਜੀਵਨ ਸਿੰਧੂ ਜੀ ਵੈਰੀ ਗੁੱਡ ਸੁਧਾਕਰ ਗੁੱਡ ਕੁਲਦੀਪ ਕੌਰ ਗੁੱਡ ਬਲਵੰਤ ਸਿੰਘ ਕਮੀ ਹੈ ਜੀ ਮਿਸਟੇਕ ਹੈ ਇਹ ਨੋਟ ਕਰ ਲਓ ਪੰਜ ਦੇ ਪੰਜ ਇਹ ਪੰਜੇ ਤੁਸੀਂ ਕੀ ਕਰਨੇ ਆ ਕਮੈਂਟ ਸੈਕਸ਼ਨ ਦੇ ਵਿੱਚ ਵੀਡੀਓ ਖਤਮ ਹੋਣ ਤੋਂ ਬਾਅਦ ਜਵਾਬ ਜਿਹੜਾ ਦੇਣਾ ਗਾ ਕਲੀਅਰ ਜੀ ਅੱਗੇ ਜਿਹੜਾ ਆਪਾਂ ਆ ਰਹੇ ਹਾਂ ਦੋ ਟਾਈਪਸ ਪੜ੍ਹ ਲਈਆਂ ਇੱਕ ਤਾਂ ਆਪਾਂ ਨੇ ਦੇਖ ਲਿਆ ਜੀ
रिवर्सल ऑफ लैटर्स, दूजा अपन देखेगा ओपोजिट ऑफ लैटर्स, दो चीजा देख लिया ठीक है ना। हुण जे आपां अगली गल करिए, अगे अपने कोल आ रहा है तीजी ते मोस्ट इंपोर्टेंट पॉइंट जिन्हों असी पेपरां दे विच ज्यादातर ही देखण नूं मिलदा गा, की है उहदा नाम है जी प्रोसीडिंग ते फॉलोइंग। प्रोसीडिंग ते फॉलोइंग की मतलब है, प्रोसीडिंग ते फॉलोइंग दा की कह रहे हो गगन, चल समझ नहीं आई। चलो प्रोसीडिंग फॉलोइंग से बढ़ते हैं आप अगली टाइप से, प्रोसीडिंग फॉलोइंग। प्रोसीडिंग फॉलोइंग, प्रोसीडिंग फॉलोइंग क्या होता है, पी फॉर प्रोसीडिंग, पी फॉर पिछला, ए याद रख लियो भी पिछला मतलब के पिछे वाला अक्षर, फॉलोइंग का मतलब की हो गया अगला, हो गया एक पिछला अगला, अगला पिछला अक्षर। जिवें कि कल अपने एग्जाम्पल ली सी कार दी, एग्जाम्पल ली सी भी कार नू लिखा जाता है DBS, ਤਾਂ ਦੱਸੋ ਜੀ ਬੱਸ ਨੂੰ ਕੀ ਲਿਖੂਗਾ, ਤੁਸੀਂ ਪਟਕਦ ਨੇ ਆਨਸਰ ਦੇ ਦਿੱਤਾ ਸੀ ਵੀ CVT ਆਏਗਾ, ਉਹੀ ਚੀਜ਼ ਦੇਖਣੀ ਆ ਆਪਾਂ ਨੇ, ਉਹੀ ਇਹ ਟਾਈਪ ਹੈ, ਇਹਨੂੰ ਬੋਲਦੇ ਹਾਂ ਅਸੀਂ ਪ੍ਰੋਸੀਡਿੰਗ ਤੇ ਫੋਲੋਇੰਗ। ਕਲੀਅਰ ਜੀ, ਬਿਲਕੁਲ ਬਿਲਕੁਲ, ਇਹਨਾਂ ਵਾਂਗੂ ਕਰਨੇ ਸੀਗੇ ਜਿਹੜੇ ਆਪਣੇ ਪਹਿਲਾਂ ਕਰਵਾਇਆ ਸੀਗਾ ਓਪੋਜਿਟ ਵਾਲਾ, ਠੀਕ ਹੈ ਨਾ, ਉਹਦੇ ਵਾਂਗੂ ਵੀ ਕਰਨੇ ਉਹ ਪੰਜ ਜਿਹੜੇ ਪਾਏ ਆ ਗਏ, ਕਮੈਂਟ ਸੈਕਸ਼ਨ ਦੇ ਵਿੱਚ ਬਾਅਦ ਚ ਵੀਡੀਓ ਖਤਮ ਹੋਣ ਤੋਂ ਬਾਅਦ ਵੀ ਜਵਾਬ ਦੇਣਾ। ਪ੍ਰੋਸੀਡਿੰਗ ਫੋਲੋਇੰਗ ਨੂੰ ਯਾਦ ਰੱਖ ਲਓ, ਪੀ ਫੋਰ ਪ੍ਰੋਸੀਡਿੰਗ, ਪੀ ਫੋਰ ਪਿਛਲਾ, ਐਂ ਯਾਦ ਰੱਖ ਲਿਓ ਵੀ ਪਿੱਛੇ ਵਾਲਾ, ਇੱਧਰ ਕੀ ਹੋ ਗਿਆ ਅੱਗੇ ਵਾਲਾ, ਇਸ ਤਰ੍ਹਾਂ ਆਪਾਂ ਨੂੰ ਪੁੱਛ ਸਕਦੇ ਆ ਇਹ ਮਤਲਬ ਕੀ ਹੈ। ਸਵਾਲ ਦੇਖੋ, ਜਿਵੇਂ ਕਿ ਤੁਹਾਨੂੰ ਕਹਿ ਦਿੱਤਾ ਜੀ ਉਹਨੇ RESTਰੈਸਟ, ਰੈਸਟ ਨੂੰ ਉਹ ਲਿਖਦਾ ਗਾ, ਰੈਸਟ ਨੂੰ ਲਿਖਦਾ ਕਿਊ ਡੀ, ਇੱਥੇ ਪੈ ਗਿਆ ਆਪਣੇ ਕੋਲ ਆਰ ਔਰ ਪੈ ਗਿਆ ਆਪਣੇ ਕੋਲ ਐਸ, QDRS, ਰੈਸਟ ਨੂੰ ਇਸ ਤਰ੍ਹਾਂ ਲਿਖਦਾ QDRS, ਤਾਂ ਦੱਸੋ ਜੀ ਕਿੰਗ ਨੂੰ ਕਿਵੇਂ ਲਿਖੂਗਾ, KING, ਕਿੰਗ ਨੂੰ ਕਿਸ ਤਰ੍ਹਾਂ ਲਿਖੇਗਾ, ਇਹ ਹੈ ਸਵਾਲ ਪ੍ਰੋਸੀਡਿੰਗ ਫੋਲੋਇੰਗ ਦੇ ਵਿੱਚੋਂ ਸਵਾਲ, ਠੀਕ ਹੈ ਨਾ। ਰੈਸਟ ਨੂੰ ਇਹ ਇਸ ਤਰ੍ਹਾਂ ਲਿਖਦਾ, ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਕਰਮ ਧਰਮ ਦਾ ਧਿਆਨ ਚ ਰੱਖਿਓ ਵੀ ਕੋਡਿੰਗ ਲਗਾਉਣੀ ਹੈ, ਸਭ ਤੋਂ ਪਹਿਲਾਂ ਕੋਡਿੰਗ ਲਗਾ ਕੇ ਏਦਾਂ ਸਵਾਲ ਹੱਲ ਹੋ ਗਿਆ। ਸਵਾਲ ਕਿਵੇਂ ਹੋਊਗਾ, ਜਿਵੇਂ ਆਪਾਂ ਪਹਿਲਾਂ ਦੱਸਿਆ ਸੀ ਤੁਹਾਨੂੰ ਕਿ ਕਿਸੇ ਸ਼ਬਦ ਰੈਸਟ ਨੂੰ ਕਿਸੇ ਭਾਸ਼ਾ ਦੇ ਵਿੱਚ QDRS ਲਿਖਿਆ ਜਾਂਦਾ ਹੈ, ਤਾਂ ਕਿੰਗ ਨੂੰ ਉਸੇ ਭਾਸ਼ਾ ਦੇ ਵਿੱਚ ਕੀ ਲਿਖਿਆ ਜਾਵੇਗਾ, ਸਵਾਲ ਇਹ ਬਣੂਗਾ। ਹੁਣ ਰੈਸਟ ਨੂੰ ਇਸ ਤਰ੍ਹਾਂ, ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਸਵਾਲ ਨੂੰ ਇਸ ਤਰ੍ਹਾਂ ਕੱਢ ਲੈਣਾ ਬਾਹਰ, ਵੀ ਰੈਸਟ ਦੇ ਥੱਲੇ ਜਿਹੜਾ ਉਹਦਾ ਕੋਡ ਬਣਾਇਆ ਰੈਸਟ ਦੇ ਥੱਲੇ ਲਿਖ ਲਿਓ, ਜੇ ਥੱਲੇ ਲਿਖ ਲਿਆ ਅੱਧਾ ਸਵਾਲ ਹੱਲ ਹੋ ਗਿਆ, ਠੀਕ ਹੈ ਨਾ। ਉਸ ਤੋਂ ਬਾਅਦ ਅਸੀਂ ਕੋਡਿੰਗ ਲਗਾ ਲਓਗੇ ਤਾਂ ਤੁਹਾਡਾ 80% ਸਵਾਲ ਹੱਲ ਹੋ ਗਿਆ। R18 ਤੇ ਹੈ, E5 ਤੇ ਹੈ, S19 ਤੇ ਹੈ, T20 ਤੇ ਹੈ, Q17 ਤੇ ਹੈ, Q17 ਤੇ ਹੈ, D4 ਤੇ ਹੈ, R18 ਤੇ ਹੈ ਔਰ S ਸਾਡੇ ਕੋਲ 19 ਤੇ ਹੈ। ਕਲੀਅਰ ਹੈ ਨਾ, S ਸਾਡੇ ਕੋਲ 19 ਤੇ ਹੈ। ਵੈਰੀ ਗੁੱਡ, ਵੈਰੀ ਗੁੱਡ। ਇੱਥੇ ਆਪਣੇ ਕੋਲ ਕੀ ਹੋ ਰਿਹਾ, ਦੇਖੋ ਚੈੱਕ ਕਰੋ, ਇੱਥੇ ਕੀ ਹੈ 18, ਇੱਥੇ ਕੀ ਹੈ 17, ਕੀ ਹੋ ਰਿਹਾ, ਮੈਨਸ ਹੋ ਗਿਆ, ਕੀ ਹੋ ਗਿਆ, ਇੱਕ ਮੈਨਸ ਹੋ ਗਿਆ। ਇੱਥੇ 5 ਹੈ, ਇੱਥੇ 4 ਹੈ, ਉਰੇ ਵੀ ਕੀ ਹੋਇਆ, ਇੱਕ ਮੈਨਸ ਹੋਇਆ, ਉਰੇ 5 ਹੈ, ਉਰੇ 4 ਹੈ, ਇੱਕ ਮੈਨਸ ਹੋ ਗਿਆ, ਮਤਲਬ ਕਿ ਇੱਕ ਘਟਾ ਕੇ ਲਿਖਿਆ ਹੋਇਆ, ਇੱਥੇ ਵੀ ਇੱਕ ਘਟਾ ਕੇ, ਇੱਥੇ ਵੀ ਇੱਕ ਘਟਾ ਕੇ, ਉਰੇ 19 ਹੈ, ਉਰੇ 18, ਉਰੇ ਵੀ ਇੱਕ ਘਟਾ ਕੇ ਲਿਖਿਆ ਹੋਇਆ, ਉਰੇ 20 ਹੈ, ਉਰੇ 19 ਹੈ, ਉਰੇ ਵੀ ਇੱਕ ਘਟਾ ਕੇ ਲਿਖਿਆ ਹੋਇਆ, ਮਤਲਬ ਕਿ ਪੂਰੇ ਦੇ ਪੂਰੇ ਸਵਾਲ ਦੇ ਵਿੱਚ ਮੈਨਸ ਇੱਕ ਹੋਰ ਹੈ। ਪੂਰੇ ਸਵਾਲ ਦੇ ਵਿੱਚ ਕੀ ਹੋ ਰਿਹਾ ਹੈ, ਸਾਰਿਆਂ ਦੇ ਵਿੱਚ ਇੱਕ ਇੱਕ ਮਾਈਨਸ ਹੋ ਰਿਹਾ, ਸੇਮ ਇਹਦੇ ਵਿੱਚ ਕਰ ਦਿਓ। 100 11 ਤੇ ਇੱਕ ਘਟਾਇਆ ਕਿੰਨਾ, 10, 10 ਤੇ ਇੱਕ ਕੌਣ ਹੈ, ਜੇ ਆਈ ਸਾਡੇ ਕੋਲ 9 ਤੇ ਹੈ, ਇੱਕ ਘਟਾਇਆ 8, 8 ਤੇ ਇੱਕ ਕੀ ਪੈ ਗਿਆ, ਐਚ, 14 ਤੋਂ ਬਾਅਦ ਇੱਕ ਘਟਾਇਆ 13, 13 ਦੇ ਅੱਖਰ ਪੈ ਗਿਆ ਐਮ, 7 ਚੋਂ ਇੱਕ ਕੱਢਿਆ 6, 6 ਦੇ ਅੱਖਰ ਕੀ ਪੈ ਗਿਆ ਸਾਡੇ ਕੋਲ ਐਫ, ਤਾਂ ਸਾਡਾ ਆਨਸਰ ਕੀ ਬਣ ਗਿਆ ਬਈ, ਜੇ ਐਚ ਐਮ ਐਫ, ਕਿਹਦਾ ਕਿਹਦਾ ਆਨਸਰ ਹੈ, ਚੈੱਕ ਕਰਦੇ ਹਾਂ। ਓਹੋ ਬਾਜੀ ਬਾਬਾ, ਸਾਰੇ ਸਟੂਡੈਂਟਸ ਦੇ ਜਵਾਬ ਆਏ ਹੋਏ ਨੇ, ਨਾਮ ਕਿਹਦਾ ਕਿਹਦਾ ਲਈਏ, ਸਾਰਿਆਂ ਦੇ ਜਵਾਬ ਆਏ ਹੋਏ ਨੇ, ਇਕੱਲਾ ਬਲਵੰਤ ਸਿੰਘ ਦਾ ਗਲਤ ਆਨਸਰ ਬਈ, LOMH ਆਨਸਰ ਗਲਤ ਹੈ ਇਕੱਲਾ, ਠੀਕ ਹੈ ਜੀ। ਸਵਾਲ ਦੇ ਵਿੱਚ ਸਾਰਿਆਂ ਦੇ ਵਿੱਚ ਕੀ ਪੁੱਛਿਆ ਗਿਆ, ਇੱਕ ਇੱਕ ਅਗਲਾ ਇੱਕ ਇੱਕ ਪਿਛਲਾ ਅੱਖਰ ਪੁੱਛਿਆ ਗਿਆ, ਦੇਖੋ ਕੇ ਤੋਂ ਪਹਿਲਾਂ ਜੇ ਆਉਂਦਾ, ਆਈ ਤੋਂ ਪਹਿਲਾਂ ਐਚ ਆਉਂਦਾ, ਐਨ ਤੋਂ ਪਹਿਲਾਂ ਐਮ ਆਉਂਦਾ, ਜੀ ਤੋਂ ਪਹਿਲਾਂ ਐਫ ਆਉਂਦਾ, ਇਹ ਆਪਦੇ ਵੱਲੋਂ ਨੀ ਬਣਾਏ ਆਪਾਂ ਨੇ ਇਹਦੇ ਵਿੱਚੋਂ ਦੇਖ ਕੇ ਬਣਾਏ ਨੇ, ਕਿਉਂਕਿ ਇਹਨੇ ਰੈਸਟ ਨੂੰ ਇਹ ਲਿਖਿਆ ਸੀ, ਰੈਸਟ ਨੂੰ ਇਹ ਵਾਲਾ ਕੋਡ ਬਣਾਇਆ ਇੱਕ ਇੱਕ ਘਟਾ ਕੇ, ਉਵੇਂ ਹੀ ਕਹਿੰਦਾ ਕਿੰਗ ਨੂੰ ਕੀ ਬਣਾਓਗੇ, ਉਵੇਂ ਹੀ ਕਿੰਗ ਦੇ ਵਿੱਚੋਂ ਇੱਕ ਇੱਕ ਘਟਾ ਤਾ,
सिंपल फंडा अपने को समझे कहानी नू और देखो इस तरह का सवाल दे नाल नाल होर की बन सकता है और देखो की बन सकता भाई थोनू पता होने जी के आई टी ई काइट पता काइट दे नाल ही थोनू पता जी कहंदा एम के वी और जी एम के वी जी काइट नू इस तरह लिखता है ता दसो जी पीएन नू किवें लिखूगा प्यून पीएन नू किस तरह लिखेगा काइट नू लिखता है वो एम के वी जी ता दसो जी पीएन नू की लिखेगा बिल्कुल सौखा सवाल है एदे विचों ही है प्रोसीडिंग दे फॉलोइंग दे विचों सौखा सवाल है बिल्कुल ही चेक कर लो सवाल नू पहला कोडिंग लगा लो कोडिंग लगा के थोड़ा आंसर निकल पाएगा ठीक है कोडिंग लगाओ कोडिंग लगा के थोड़ा आंसर निकल जूगा तारी तारी वाल आंसर आ गया आर जी क्यू पी कहते आर जी क्यू पी बोलते हैं वेरी गुड राइट आंसर है भी तारी धालीवाल गुरमुख सिंह गगन चहल राइट आंसर रमनदीप कौर कुलदीप कौर जीवन संधु राजविंदर सिखो रमन सिद्धू सब दे आंसर बिल्कुल राइट आ रहे ने भाई सारे दे आंसर बिल्कुल राइट आ रहे ने गुरसेवक सिंह वेरी गुड सारे दे आंसर बिल्कुल राइट आ रहे ने ठीक है ना सारे दे आंसर राइट आ रहे ने बिल्कुल आई सीख लोगे बस ऐ समझो कि सीख गए तुसीं पहली पौड़ी चढ़ गए रीजनिंग दी पहली पौड़ी चढ़ गए जे चढ़ गए मतलब सीख गए की हो रहा है एम कितने ते सब तो पहला कोडिंग एम 11 आई 9 टी 20 ई 5 सवाल आधा हल हो गया दे नाल एम साडे कोल 13 ते के साडे कोल 11 ते वी 22 ते जी साडे कोल 7 ते की हो रहा है चेक करो प्लस 2 हो रहे ने की हो रहा है प्लस 2 हो रहे ने उरे भी प्लस 9 ते 2 की हो गया 11 20 ते 2 की हो गया 22 5 ते 2 की हो गया 7 सारे दे विच प्लस प्लस 2 हो रहे ने पहला वाले सवाल दे विच की होया सी माइनस होया सी ओनू बोलदे आ सी प्रोसीडिंग उरे की हो रहा है प्लस हो रहा है मतलब कि अगले अक्षर आ रहे ने इनू बोलदे आ सी फॉलोइंग कुछ नहीं हैगा सिंपल जा काम है सारे दे विच 2 2 प्लस ने ए ते पी 16 ते ई 5 ते ओ 15 एन 14 2 2 प्लस करके 16 ते 2 18 5 ते 2 7 15 ते 2 17 16 ਔਰ ਲਓ ਜੀ ਇੱਥੇ ਆ ਗਿਆ ਆਰ ਇੱਥੇ ਆ ਗਿਆ ਜੀ ਇੱਥੇ ਆ ਗਿਆ ਸਾਡੇ ਕੋਲ ਕਿਊ ਇੱਥੇ ਆ ਗਿਆ ਪੀ ਆ ਆਨਸਰ ਬਣ ਗਿਆ ਆਰ ਜੀ ਕਿਊ ਪੀ ਆਰ ਜੀ ਕਿਊ ਪੀ ਵੈਰੀ ਗੁੱਡ ਰਾਈਟ ਆਨਸਰ ਸਾਰਿਆਂ ਦੇ ਆਨਸਰ ਰਾਈਟ ਹੈ ਚਲੋ ਜੀ ਅਗਲੇ ਸਵਾਲ ਤੇ ਵਧਦੇ ਹਾਂ ਅੱਗੇ ਸਵਾਲ ਕੀ ਕਹਿੰਦਾ ਬਈ ਇੱਕ ਸਵਾਲ ਤੁਹਾਡੇ ਵਾਸਤੇ ਪਹਿਲਾਂ ਇੱਕ ਸਵਾਲ ਤੁਹਾਡੇ ਵਾਸਤੇ ਉਹਨੂੰ ਹੱਲ ਕਰ ਦਿਓ ਫਿਰ ਆਪਾਂ ਅੱਗੇ ਵਧਾਂਗੇ ਠੀਕ ਹੈ ਨਾ ਇੱਕ ਸਵਾਲ ਤੁਹਾਡੇ ਵਾਸਤੇ लो जी सी एल ओ के ई आर सी एल ओ के ई आर क्लॉकर नू की लिखता हो क्लॉकर नू लिख रहा है वो कहना जी डी एन आर ओ जे एक्स क्लॉकर नू इस तरह लिख रहा है डी एन आर जे जे एक्स डी एन आर ओ जे एक्स ता दसना ता की दसना तुसी ता दसना जी पी आर ओ सी ई एल प्रोसल नू की लिखूगा प्रोसल नू की लिखूगा लो जी सवाल थोड़े वास्ते जे सवाल करता फिर आप अगे वधदे हां ठीक है ਕਲੋਕਰ ਨੂੰ ਲਿਖਦਾ ਉਹ ਡੀ ਐਨ ਆਰ ਓ ਜੇ ਐਕਸ ਪ੍ਰੋਸਲ ਨੂੰ ਕੀ ਲਿਖੂਗਾ ਕੱਢ ਦੋ ਆਨਸਰ ਫਟਾਫਟ ਸੌਖਾ ਕੰਮ ਹੈ ਬਿਲਕੁਲ ਜੀ ਆਨਸਰ ਦੇਖਦੇ ਹਾਂ ਸਭ ਤੋਂ ਪਹਿਲਾਂ ਕਿਹਦਾ ਆਊਗਾ ਸੌਖਾ ਸਵਾਲ ਹੈ ਬਿਲਕੁਲ ਆਇਆ ਜੀ ਗੁਰਮੁਖ ਸਿੰਘ ਦਾ ਫਿਰ ਆਨਸਰ ਆਇਆ ਆਪਣੇ ਕੋਲੇ ਗੁਰਮੁਖ ਸਿੰਘ ਦੇ ਨਾਲ ਆਨਸਰ ਗੁਰਮੁਖ ਸਿੰਘ ਦੇ ਨਾਲ ਆਨਸਰ ਆਇਆ ਜੀ ਰਾਜਵਿੰਦਰ ਸਿੱਖੋ ਦਾ ਫਿਰ ਆਇਆ ਤਾਰੀ ਧਾਲੀਵਾਲ ਦਾ ਗਗਨ ਚਹਿਲ ਦਾ ਆਨਸਰ ਆ ਗਿਆ ਹੁਣ ਇਹ ਨਹੀਂ ਪਤਾ ਵੀ ਠੀਕ ਨੇ ਗਲਤ ਨੇ ਸਵਾਲ ਦਾ ਆਨਸਰ ਤਾਂ ਆਪਾਂ ਕੱਢਾਂਗੇ ਜੇ ਠੀਕ ਹੈ ਫਿਰ ਪਤਾ ਲੱਗੂਗਾ ਆਨਸਰ ਪਰ ਦੇ ਰਹੇ ਹੋ ਪਰ ਸਹੀ ਦੇ ਆਪਦੇ ਵੱਲੋਂ ਆਨਸਰ ਕੋਈ ਗੱਲ ਨਹੀਂ ਪਰ ਮੈਂ ਤੁਹਾਨੂੰ ਦੱਸੂਗਾ ਵੀ ਕਿਹਦਾ ਕਿਹਦਾ ਆਨਸਰ ਸਹੀ ਹੈ ਉਹ ਵੀ ਨਾਮ ਲਵਾਂਗੇ ਚਲੋ ਜੀ ਕਲੋਕਰ
ਨੂੰ ਲਿਖਦਾ ਡੀ ਐਨ ਆਰ ਓ ਜੇ ਐਕਸ। ਅੱਗੇ ਪੁੱਛ ਰਿਹਾ ਜੀ ਉਹ ਪਰੋਸਲ ਨੂੰ ਕੀ ਲਿਖੂਗਾ, ਪਰੋਸਲ ਨੂੰ ਕੀ ਲਿਖੂਗਾ, ਚੈੱਕ ਕਰਦੇ ਹਾਂ ਕੀ ਮਤਲਬ ਹੈ। ਸਭ ਤੋਂ ਪਹਿਲਾਂ ਕਰਮ ਧਰਮ ਤੇ ਆਓ ਆਪਦੇ ਦੇ, ਸੀ ਤਿੰਨ ਤੇ, ਓ ਐਲ ਬਾਰਾਂ ਤੇ, ਓ ਪੰਦਰਾਂ ਤੇ, ਕੇ ਗਿਆਰਾਂ ਤੇ, ਈ ਪੰਜ ਤੇ, ਆਰ ਅਠਾਰਾਂ ਤੇ। ਕਲੀਅਰ? ਰਮਨਦੀਪ ਕੌਰ, ਕੁਲਦੀਪ ਕੌਰ, ਲਵਪ੍ਰੀਤ, ਲਵਪ੍ਰੀਤ, ਪੂਜਾ, ਸਾਰਿਆਂ ਦੇ ਆਂਸਰ ਆ ਗਏ। ਚਲੋ ਡੀ ਚਾਰ ਤੇ, ਐਨ ਚੌਦਾਂ ਤੇ, ਆਰ ਅਠਾਰਾਂ ਤੇ, ਓ ਪੰਦਰਾਂ ਤੇ, ਜੇ ਦਸ ਤੇ, ਔਰ ਆਪਣੇ ਕੋਲ ਚੌਵੀ। ਆਹ ਆਪਣੇ ਕੋਲੇ ਕੀ ਹੋ ਰਿਹਾ ਹੈ? ਰਾਜਵਿੰਦਰ ਸੇਖੋਂ ਨੇ ਸਵਾਲ ਦਾ ਜਵਾਬ ਵੀ ਦਿੱਤਾ, ਚੈੱਕ ਕਰਦੇ ਆਪਾਂ। ਕਹਿੰਦਾ ਜੀ ਇੱਥੇ ਕੀ ਹੋ ਰਿਹਾ ਹੈ, ਤਿੰਨ ਤੋਂ ਚਾਰ ਬਣ ਗਿਆ ਮਤਲਬ ਕੀ ਹੈ, ਪਲੱਸ ਇੱਕ ਹੋ ਰਿਹਾ। ਉਰੇ ਬਾਰਾਂ ਤੋਂ ਚੌਦਾਂ ਬਣ ਗਿਆ ਮਤਲਬ ਕੀ ਹੋ ਰਿਹਾ, ਪਲੱਸ ਦੋ ਹੋ ਰਿਹਾ। ਉਰੇ ਪੰਦਰਾਂ ਤੋਂ ਅਠਾਰਾਂ ਬਣ ਗਿਆ ਮਤਲਬ ਕੀ ਹੋ ਰਿਹਾ, ਪਲੱਸ ਤਿੰਨ ਹੋ ਰਿਹਾ। ਉਰੇ ਗਿਆਰਾਂ ਤੋਂ ਪੰਦਰਾਂ ਬਣ ਗਿਆ ਮਤਲਬ ਕੀ ਹੋ ਰਿਹਾ, ਪਲੱਸ ਚਾਰ ਹੋ ਰਿਹਾ। ਅੱਗੇ ਕੀ ਹੋ ਰਿਹਾ ਬਈ, ਪੰਜ ਦੇ ਵਰਗ, ਦੋ ਤਿੰਨ ਚਾਰ ਪੰਜ ਛੇ ਜੋੜ ਹੋ ਰਿਹਾ ਬਈ ਸਾਰਿਆਂ ਦਾ। ਠੀਕ ਹੈ ਜੀ, ਪਹਿਲਾਂ ਇੱਕ ਜੁੜੂਗਾ, ਫਿਰ ਦੋ ਜੁੜੂਗਾ, ਫਿਰ ਤਿੰਨ, ਫਿਰ ਚਾਰ, ਫਿਰ ਪੰਜ, ਫਿਰ ਛੇ। ਇਸ ਤਰ੍ਹਾਂ ਸਾਰਿਆਂ ਦਾ ਜੋੜ ਕਰਨਾ, ਆਂਸਰ ਸਾਡਾ ਨਿਕਲਿਆ ਪਿਆ। ਕਲੀਅਰ ਜੀ? ਸੰਦੀਪ ਕੌਰ, ਰਾਜਵੀਰ ਸ਼ਰਾਓ ਔਰ ਜੀਵਨ ਸੰਧੂ ਆਂਸਰ ਆ ਰਹੇ ਨੇ, ਚੈੱਕ ਕਰਦੇ ਜੀ। ਪੀ ਸਾਡੇ ਕੋਲ ਕਿੰਨੇ ਤੇ ਹੈ, ਸੋਲਾਂ ਤੇ, ਆਰ ਅਠਾਰਾਂ ਤੇ, ਓ ਪੰਦਰਾਂ ਤੇ, ਸੀ ਤਿੰਨ ਤੇ, ਔਰ ਈ ਸਾਡੇ ਕੋਲ ਪੰਜ ਤੇ, ਐਲ ਸਾਡੇ ਕੋਲ ਬਾਰਾਂ ਤੇ। ਕਲੀਅਰ? ਹੁਣ ਆਪਾਂ ਕੀ ਕਰਨਾ ਹੈ, ਇਹਦੇ ਵਿੱਚ ਦੇਖਣਾ ਸਭ ਤੋਂ ਪਹਿਲਾਂ ਇੱਕ ਪਲੱਸ, ਫਿਰ ਦੋ, ਫਿਰ ਤਿੰਨ, ਫਿਰ ਚਾਰ, ਫਿਰ ਪੰਜ, ਫਿਰ ਛੇ। ਸਭ ਤੋਂ ਪਹਿਲਾਂ ਇੱਕ ਪਲੱਸ ਕੀਤਾ, ਸਤਾਰਾਂ ਬਣ ਗਿਆ, ਸਤਾਰਾਂ ਦੇ ਅੱਖਰ ਕੀ ਪੈ ਗਿਆ ਕਿਉਂ। ਫਿਰ ਦੋ ਪਲੱਸ ਕੀਤੇ, ਵੀਹ ਬਣ ਗਿਆ, ਵੀਹ ਦੇ ਅੱਖਰ ਕੀ ਪੈ ਗਿਆ, ਟੀ। ਫਿਰ ਤਿੰਨ ਪਲੱਸ ਕੀਤੇ, ਅਠਾਰਾਂ, ਅਠਾਰਾਂ ਦੇ ਅੱਖਰ ਪੈ ਗਿਆ ਆਰ। ਫਿਰ ਚਾਰ ਪਲੱਸ ਕੀਤੇ, ਸੱਤ, ਸੱਤ ਦੇ ਅੱਖਰ ਕੀ ਪੈ ਗਿਆ, ਜੀ। ਫਿਰ ਪੰਜ ਪਲੱਸ ਕੀਤੇ, ਪੰਜ ਪਲੱਸ ਕੀਤੇ, ਫਿਰ ਬਣ ਗਿਆ ਦਸ, ਦਸ ਦੇ ਅੱਖਰ ਪੈ ਗਿਆ ਜੇ। ਫਿਰ ਆਪਾਂ ਨੇ ਛੇ ਪਲੱਸ ਕੀਤੇ, ਪੈ ਗਿਆ ਅਠਾਰਾਂ, ਅਠਾਰਾਂ ਦੇ ਅੱਖਰ ਪੈ ਗਿਆ ਆਰ। ਬਿਲਕੁਲ ਜੀ, ਕਿਊ ਟੀ ਆਰ ਜੀ ਜੇ ਆਰ ਆਂਸਰ ਸਾਰਿਆਂ ਦੇ, ਕਿਊ ਟੀ ਆਰ ਜੀ ਜੇ ਆਰ ਆਂਸਰ ਸਾਰਿਆਂ ਦੇ ਬਿਲਕੁਲ ਸਹੀ। ਪਰ ਕੁਛ ਕੁਛ ਸਟੂਡੈਂਟਸ ਤੋਂ ਸਵਾਲ ਨਿਕਲਿਆ ਨੀ ਮੇਰੇ ਹਿਸਾਬ ਨਾਲ, ਠੀਕ ਹੈ ਨਾ। ਸਵਾਲ ਸਮਝ ਗਏ ਕੀ ਹੋ ਰਿਹਾ? ਪਲੱਸ ਹੋ ਰਿਹਾ ਸਾਰਿਆਂ ਚ, ਕੀ ਹੋ ਰਿਹਾ? ਪਲੱਸ ਹੋ ਰਿਹਾ। ਪਹਿਲਾਂ ਪਲੱਸ ਇੱਕ ਹੋ ਗਿਆ, ਫਿਰ ਦੋ ਹੋ ਗਿਆ, ਫਿਰ ਤਿੰਨ ਹੋ ਗਿਆ, ਫਿਰ ਚਾਰ ਹੋ ਗਿਆ, ਫਿਰ ਪੰਜ, ਫਿਰ ਛੇ। ਕੋਡਿੰਗ ਬਣੂਗੀ ਇੱਕ ਪ੍ਰੋਪਰ ਸੀਰੀਜ਼ ਬਣੂਗੀ, ਪ੍ਰੋਪਰ ਇੱਕ ਸੀਰੀਜ਼ ਬਣੂਗੀ, ਫਿਰ ਸਾਡਾ ਜਿਹੜਾ ਸਵਾਲ ਇਹ ਹੱਲ ਹੋਊਗਾ। ਸਮਝ ਲਓ, ਕੋਡਿੰਗ ਰਿਕੋਡਿੰਗ ਦੇ ਵਿੱਚ ਇਸ ਤਰ੍ਹਾਂ ਦੇ ਸਵਾਲ ਆਉਣੇ, ਜੇ ਆ ਜੇ ਤਾਂ ਸ਼ੁਕਰ ਮਨਾਓ ਵੀ ਤੁਸੀਂ ਪਟੱਕ ਦੇ ਨੇ ਹੱਲ ਕਰ ਦੋਗੇ ਇਹੋ ਜਿਹਾ ਸਵਾਲ, ਉਹ ਪਊਗਾ ਉਲਝਾ ਕੇ, ਠੀਕ ਹੈ ਨਾ। ਕੀ ਹੁੰਦਾ ਇਹਦੇ ਵਿੱਚ, ਜਾਂ ਤੁਹਾਨੂੰ ਕੀ ਕਰਿਆ ਹੋਊਗਾ, ਮਾਈਨਸ ਇੱਕ, ਮਾਈਨਸ ਦੋ, ਮਾਈਨਸ ਤਿੰਨ, ਮਾਈਨਸ ਚਾਰ, ਮਾਈਨਸ ਕੁਛ ਵੀ ਇਸ ਤਰ੍ਹਾਂ ਦੀ ਸੀਰੀਜ਼ ਬਣੂਗੀ। ਕਦੇ ਵੀ ਤੁਹਾਨੂੰ ਇਹ ਨਹੀਂ ਹੋਊਗਾ ਵੀ ਉਰੇ ਮਾਈਨਸ ਇੱਕ ਹੋ ਰਿਹਾ, ਕੋਈ ਸੀਰੀਜ਼ ਬਣ ਰਹੀ ਹੈ, ਇੱਕ ਚਾਰ ਦੋ ਸੱਤ ਦੋ, ਕੋਈ ਸੀਰੀਜ਼ ਨਹੀਂ ਬਣ ਰਹੀ। ਪ੍ਰੋਪਰ ਸੀਰੀਜ਼ ਬਣੂਗੀ ਇੱਕ ਦੋ ਤਿੰਨ ਚਾਰ ਪੰਜ, ਇਸ ਤਰ੍ਹਾਂ ਦੀ, ਪੰਜ ਛੇ, ਇਸ ਤਰ੍ਹਾਂ ਦੀ ਸੀਰੀਜ਼। ਜਾਂ ਤੁਹਾਨੂੰ ਕਹੂਗਾ ਜੀ, ਜਾਂ ਇਸ ਤਰ੍ਹਾਂ ਦੀ ਸੀਰੀਜ਼ ਹੋਊਗੀ, ਮਾਈਨਸ ਦੋ, ਮਾਈਨਸ ਚਾਰ, ਮਾਈਨਸ ਛੇ, ਮਾਈਨਸ ਪੰਜ, ਪਲੱਸ ਛੇ, ਇਸ ਤਰ੍ਹਾਂ ਚੱਲੂਗੀ। ਜਾਂ ਇਹ ਕੀ ਹੋਊਗਾ, ਪਲੱਸ ਦੋ, ਮਾਈਨਸ ਚਾਰ, ਪਲੱਸ ਛੇ, ਮਾਈਨਸ ਅੱਠ, ਪਲੱਸ ਅੱਠ, ਮਾਈਨਸ ਬਾਰਾਂ, ਇਸ ਤਰ੍ਹਾਂ ਕੀ ਚੱਲੂਗਾ, ਅੱਗੇ ਚੱਲੂਗਾ ਜੀ। ਕਲੀਅਰ ਹੈ ਨਾ, ਸੀਰੀਜ਼ ਪ੍ਰੋਪਰ ਬਣੂਗੀ। ਜਾਂ ਕੀ ਹੋਊਗਾ, ਸਾਡੇ ਕੋਲ ਸਕੇਅਰਾਂ ਦਾ ਗੈਪ ਹੋਊਗਾ, ਜਾਂ ਕੀ ਹੋਊਗਾ, ਸਾਡੇ ਕੋਲ ਕਿਊਬਸ ਦਾ ਗੈਪ ਹੋਊਗਾ, ਪਰ ਪ੍ਰੋਪਰ ਸੀਰੀਜ਼ ਬਣੂਗੀ। ਉਰੇ ਮਾਈਨਸ ਦੋ ਹੋ ਗਏ, ਫਿਰ ਮਾਈਨਸ ਪਲੱਸ ਦੋ, ਉਰੇ ਮਾਈਨਸ ਦੋ ਹੋ ਗਏ, ਪਲੱਸ ਚਾਰ, ਮਾਈਨਸ ਦੋ, ਮਾਈਨਸ ਚਾਰ, ਪ੍ਰੋਪਰ ਸੀਰੀਜ਼ ਬਣੂਗੀ, ਪ੍ਰੋਪਰ ਇੱਕ ਸੀਰੀਜ਼ ਬਣੂਗੀ। ਸੀਰੀਜ਼ ਬਣਨੀ ਚਾਹੀਦੀ ਹੈ ਤਾਂ ਸਵਾਲ ਦਾ ਆਂਸਰ ਨਿਕਲੂਗਾ। ਇਹ ਨਹੀਂ ਹੈਗਾ ਵੀ ਕਿਸੇ ਦੇ ਵਿੱਚ ਤੁਹਾਡੇ ਕੋਲੇ ਚਾਰ ਪਲੱਸ ਹੋ ਜਾਂਦੇ ਨੇ, ਕਿਸੇ 'ਚ ਜਾ ਕੇ ਗਿਆਰਾਂ ਮਾਈਨਸ ਹੋ ਜਾਂਦੇ ਨੇ। ਉਰੇ ਤਾਂ ਤੁਹਾਡੇ ਕੋਲ ਮਾਈਨਸ ਇੱਕ ਹੋ ਗਿਆ, ਅੱਗੇ ਮਾਈਨਸ ਤਿੰਨ ਹੋ ਜਾਂਦਾ ਹੈ, ਅੱਗੇ ਪਲੱਸ ਛੇ ਹੋ ਜਾਂਦਾ ਹੈ, ਅੱਗੇ ਮਾਈਨਸ ਤਿੰਨ ਹੋ ਜਾਂਦਾ ਹੈ, ਕਦੇ ਮਾਈਨਸ ਫੇਰ ਜਾ ਕੇ ਅੱਗੇ ਸੱਤ ਹੋ ਜਾਂਦਾ ਹੈ, ਫੇਰ ਪਲੱਸ ਗਿਆਰਾਂ ਹੋ ਜਾਂਦਾ। ਇਹ ਕੋਈ ਸੀਰੀਜ਼ ਨਹੀਂ ਬਣ ਰਹੀ, ਇਹ ਕੋਈ ਸੀਰੀਜ਼ ਨਹੀਂ ਬਣ ਰਹੀ। ਸੀਰੀਜ਼ ਬਣੂਗੀ ਪ੍ਰੋਪਰ ਤਰੀਕੇ ਨਾਲ, ਦੋ ਦਾ, ਚਾਰ ਦਾ, ਛੇ ਦਾ, ਅੱਠ ਦਾ, ਦਸ ਦਾ, ਐਂ ਗੈਪ ਹੋਊਗਾ। ਜਾਂ ਗੈਪ ਹੋਊਗਾ ਇੱਕ, ਤਿੰਨ, ਪੰਜ, ਸੱਤ, ਨੌ, ਇਸ ਤਰ੍ਹਾਂ ਦਾ ਗੈਪ ਹੋਊਗਾ। ਜਾਂ ਪ੍ਰੋਪਰ ਗੈਪ ਹੋਊਗਾ ਇੱਕ, ਦੋ, ਤਿੰਨ, ਚਾਰ, ਪੰਜ, ਛੇ, ਇਸ ਤਰ੍ਹਾਂ ਦਾ। ਜਾਂ ਤੁਹਾਡੇ ਕੋਲ ਗੈਪ ਹੋਊਗਾ ਪੂਰੇ ਦਾ ਪੂਰਾ, ਮਤਲਬ ਕਿ ਉਰੇ ਮਾਈਨਸ ਤਿੰਨ, ਪਲੱਸ ਤਿੰਨ, ਮਾਈਨਸ ਤਿੰਨ, ਪਲੱਸ ਤਿੰਨ, ਐਂ ਸੀਰੀਜ਼ ਹੋਊਗੀ। ਜਾਂ ਕੀ ਹੋਊਗਾ ਆਪਣੇ ਕੋਲੇ, ਮਾਈਨਸ ਦੋ,
ਮੈਂਸ 2 ਮੈਂਸ 2 ਮੈਂਸ 3 ਕਿਤੇ ਮੈਂਸ 3 ਫਿਰ ਅੱਗੇ ਮੈਂਸ 3 ਮੈਂਸ 3 ਮੈਂਸ 3 ਮੈਂਸ 3 ਮੈਂਸ 4 ਮੈਂਸ 4 ਮੈਂਸ 4 ਕੁਝ ਵੀ ਆ ਸਕਦਾ ਹੈ ਕਲੀਅਰ ਹੈ ਨਾ ਇਹਦੇ ਵਿੱਚ ਕੁਝ ਵੀ ਆ ਸਕਦਾ ਹੈ ਕੁੱਲ ਮਿਲਾ ਕੇ ਇੱਕ ਪ੍ਰੋਪਰ ਸੀਰੀਜ਼ ਬਣੂਗੀ ਧੱਕਣ ਗੁੰਮ ਗਿਆ ਪ੍ਰੋਪਰ ਇੱਕ ਸੀਰੀਜ਼ ਬਣੂਗੀ ਕਲੀਅਰ ਹੈ ਨਾ ਜੇ ਸੀਰੀਜ਼ ਬਣਦੀ ਹੈ ਥੈਂਕ ਯੂ ਜੀ ਗਗਨ ਚਾਲ ਜੀ ਪ੍ਰੋਪਰ ਸੀਰੀਜ਼ ਬਣਦੀ ਹੈ ਤਾਂ ਇਹਦਾ ਮਤਲਬ ਕੀ ਹੈ ਸਾਡੇ ਕੋਲ ਆਨਸਰ ਨਿਕਲ ਗਿਆ ਲਓ ਜੀ ਇੱਕ ਸਵਾਲ ਹੋਰ ਇਹਦੇ ਨਾਲ ਦਾ ਫਿਰ ਆਪਾਂ ਦੇਖੀਏ ਅੱਗੇ ਦੇਖਦੇ ਹਾਂ ਅੱਗੇ ਵਧਾਂਗੇ ਇੱਕ ਸਵਾਲ ਦੇਖਦੇ ਹਾਂ ਆਪਾਂ ਚੈੱਕ ਕਰਦੇ ਹਾਂ ਕਹਿੰਦਾ ਜੀ ਪੁਲਿਸ ਪੀ ਓ ਐਲ ਆਈ ਸੀ ਈ ਪੀ ਓ ਐਲ ਆਈ ਸੀ ਈ ਪੁਲਿਸ ਨੂੰ ਕੀ ਲਿਖਦਾ ਉਹ ਪੁਲਿਸ ਨੂੰ ਲਿਖ ਰਿਹਾ ਹੈ ਕਹਿੰਦਾ ਜੀ ਪੁਲਿਸ ਨੂੰ ਕੀ ਲਿਖ ਰਿਹਾ ਹੈ ਪੀ ਇੱਥੇ ਲਿਖ ਰਿਹਾ ਜੀ ਕਹਿੰਦਾ ਓ ਫਿਰ ਲਿਖ ਰਿਹਾ ਜੀ ਕਹਿੰਦਾ ਪੀ ਫਿਰ ਲਿਖ ਰਿਹਾ ਜੀ ਕਹਿੰਦਾ ਕੇ ਫਿਰ ਲਿਖ ਰਿਹਾ ਜੀ ਜੇ ਫਿਰ ਲਿਖ ਰਿਹਾ ਬੀ ਫਿਰ ਲਿਖ ਰਿਹਾ ਉਹ ਐਫ ਓ ਪੁਲਿਸ ਨੂੰ ਇਸ ਤਰ੍ਹਾਂ ਲਿਖ ਰਿਹਾ ਪੁਲਿਸ ਨੂੰ ਇਸ ਤਰ੍ਹਾਂ ਲਿਖ ਰਿਹਾ ਤਾਂ ਆਪਾਂ ਨੇ ਦੱਸਣਾ ਕੀ ਹੈ ਕਹਿੰਦਾ ਜੀ ਪੁਲਿਸ ਨੂੰ ਜੇਕਰ ਇਸ ਤਰ੍ਹਾਂ ਲਿਖਿਆ ਜਾਂਦਾ ਹੈ ਤਾਂ ਦੱਸੋ ਨੈਸ਼ਨ ਨੂੰ ਕਿਸ ਤਰ੍ਹਾਂ ਲਿਖੇਗਾ ਐਨ ਏ ਟੀ ਆਈ ਓ ਐਨ ਨੈਸ਼ਨ ਨੂੰ ਕਿਸ ਤਰ੍ਹਾਂ ਦੱਸੋ ਨੈਸ਼ਨ ਨੂੰ ਕਿਸ ਤਰ੍ਹਾਂ ਲਿਖੇਗਾ ਐਨ ਏ ਟੀ ਆਈ ਓ ਐਨ ਨੈਸ਼ਨ ਨੂੰ ਕਿਸ ਤਰ੍ਹਾਂ ਲਿਖੇਗਾ ਪੁਲਿਸ ਨੂੰ ਅਗਰ ਇਸ ਤਰ੍ਹਾਂ ਲਿਖਿਆ ਜਾਂਦਾ ਹੈ ਤਾਂ ਦੱਸੋ ਫਿਰ ਆਪਾਂ ਕਰੀਏ ਕਲਾਸ ਦਾ ਅੱਜ ਦੀ ਕਲਾਸ ਦਾ ਕਰੀਏ ਆਪਾਂ ਐਂਡ ਫਟਾਫਟ ਸਵਾਲ ਦਾ ਜਵਾਬ ਤਾਰੀ ਧਾਲੀਵਾਲ ਸ਼ਿਫਾਲੀ ਹੋਰ ਤਿੰਨ ਜਣਿਆਂ ਦੇ ਕਮੈਂਟ ਆ ਗਿਆ ਬਈ ਹੋਰ ਕੋਈ ਪੂਜਾ ਪੂਜਾ ਕਹਿੰਦੇ ਜੀ ਉਹ ਆਊਗੀ ਸ਼ੁਰੂ ਤੇ ਉਹ ਨਹੀਂ ਬਣਦੀ ਹੈਗੀ ਬੱਲੇ ਪੂਜਾ ਸ਼ੁਰੂ ਤੇ ਉਹ ਨਹੀਂ ਬਣਦੀ ਉਰੇ ਦੇਖੋ ਪੀ ਹੈ ਉਰੇ ਉਹ ਹੈ ਉਰੇ ਮੈਂਸ ਹੋ ਰਿਹਾ ਤਾਂ ਉਰੇ ਵੀ ਮੈਂਸ ਹੋਊਗਾ ਇੱਕ ਉਰੇ ਵੀ ਮੈਂਸ ਹੋਊਗਾ ਇੱਕ ਠੀਕ ਹੈ ਨਾ ਮੈਂਸ ਹੋਊਗਾ ਇੱਕ ਤਾਂ ਕੀ ਬਣੂਗਾ ਐਮ ਆਊਗਾ ਤਾਂ ਸਟਾਰਟਿੰਗ ਦਾ ਕੀ ਆਊਗਾ ਐਮ ਆਊਗਾ ਜੀਵਨ ਦਾ ਜਵਾਬ ਆ ਗਿਆ ਬਈ ਰਮਨ ਸਿੱਧੂ ਦਾ ਜਵਾਬ ਆ ਗਿਆ ਲਓ ਜੀ ਦੇਖ ਲਓ ਇੱਕ ਵਾਰੀ ਸਵਾਲ ਨੂੰ ਕੀ ਹੈ ਗੁਰਸੇਵਕ ਸਿੰਘ ਦਾ ਜਵਾਬ ਆ ਗਿਆ ਗਗਨ ਦਾ ਜਵਾਬ ਆ ਗਿਆ ਰਾਜਵਿੰਦਰ ਦਾ ਜਵਾਬ ਆ ਗਿਆ ਲਓ ਜੀ ਦੇਖਿਓ ਕੀ ਬਣਦਾ ਪਹਿਲਾਂ ਪੀ 16 ਦੇ ਸਭ ਤੋਂ ਪਹਿਲਾਂ ਤੇ ਕਰਮ ਧਰਮ ਤੇ ਰਿਹਾ ਕਰੋ ਇਹ ਤੋਂ ਹਿੱਲੇ ਨਾ ਕਰਮ ਧਰਮ ਤੋਂ ਤਾਂ ਹਿੱਲਣੇ ਨਹੀਂ ਜਿਹੜੀ ਚੀਜ਼ ਤੁਹਾਨੂੰ ਕਹੀ ਹੈ ਉਹ ਚੀਜ਼ ਨੂੰ ਪਹਿਲਾਂ ਫੋਲੋ ਕਰੋ ਸਭ ਤੋਂ ਪਹਿਲਾਂ ਕੋਡਿੰਗ ਲਗਾਉਣੀ ਹੀ ਲਗਾਉਣੀ ਹੈ ਜੇ ਕੋਡਿੰਗ ਲਗਾ ਲਈ ਤੁਹਾਡਾ ਸਵਾਲ ਅੱਧਾ ਹੱਲ ਹੋ ਗਿਆ ਪੀ 16 ਤੇ ਹੈ ਓ 15 ਤੇ ਹੈ ਐਲ 12 ਤੇ ਹੈ ਆਈ 9 ਤੇ ਹੈ ਸੀ 3 ਤੇ ਹੈ ਈ 5 ਤੇ ਹੈ ਉਸ ਤੋਂ ਬਾਅਦ ਓ ਉਹ ਸਾਡੇ ਕੋਲ 15 ਤੇ ਹੈ ਪੀ 16 ਤੇ ਹੈ ਕੇ 11 ਤੇ ਹੈ ਜੇ 10 ਤੇ ਬੀ 2 ਤੇ ਐਫ ਤੇ 6 ਲਓ ਜੀ ਸਭ ਤੋਂ ਪਹਿਲਾਂ ਤੁਸੀਂ ਵੀ ਸਪੀਡ ਇਸੇ ਤਰ੍ਹਾਂ ਹੀ ਫਾਸਟ ਕਰਨੀ ਹੈ ਪਰ ਹੋਊਗੀ ਪ੍ਰੈਕਟਿਸ ਦੇ ਨਾਲ ਤੁਸੀਂ ਵੀ ਸਪੀਡ ਅਗਰ ਫਾਸਟ ਕਰਨੀ ਹੈ ਤਾਂ ਪ੍ਰੈਕਟਿਸ ਦੇ ਨਾਲ ਹੋਊ 16 15 12 9 3 5 15 16 11 10 2 6 ਕੀ ਹੋ ਰਿਹਾ ਬਈ ਮੈਨਸ 1 ਹੋ ਰਿਹਾ ਉਰੇ ਕੀ ਹੋ ਰਿਹਾ ਪਲੱਸ 1 ਹੋ ਰਿਹਾ ਉਰੇ 15 ਉਰੇ 16 ਉਰੇ 12 ਉਰੇ 11 ਤਾਂ ਉਰੇ ਕੀ ਹੋ ਗਿਆ ਮੈਨਸ 1 ਸਭ ਤੋਂ ਪਹਿਲਾਂ ਪਲੱਸ ਪਹਿਲਾਂ 1 ਮੈਨਸ ਫਿਰ ਕੀ ਹੋਊਗਾ ਪਲੱਸ 1 ਫਿਰ ਕੀ ਹੋਊਗਾ ਮੈਨਸ 1 ਹੋ ਰਿਹਾ ਫਿਰ ਕੀ ਹੋਊਗਾ ਪਲੱਸ 1 ਹੋ ਰਿਹਾ ਦੇਖੋ 9 ਸੀਗਾ ਉਰੇ 10 ਬਣ ਗਿਆ ਉਰੇ ਕੀ ਹੈ 3 ਤੋਂ 2 ਬਣ ਜਾਊਗਾ ਉਰੇ ਕੀ ਹੋ ਰਿਹਾ ਹੈ ਮੈਨਸ 1 ਅੱਗੇ ਕੀ ਹੋਊਗਾ ਪਲੱਸ 1 ਬਸ ਆਨਸਰ ਨਿਕਲ ਗਿਆ ਆਨਸਰ ਆਲਮੋਸਟ ਸਾਰਿਆਂ ਦੇ 1 ਪਲੱਸ 1 ਮੈਨਸ 1 ਪਲੱਸ 1 ਮੈਨਸ 1 ਪਲੱਸ 1 ਸੀਰੀਜ਼ ਬਣ ਰਹੀ ਹੈ ਪ੍ਰੋਪਰ ਉਰੇ ਕੀ ਮੈਨਸ 1 ਸੀ ਉਰੇ ਪਲੱਸ 1 ਸੀ ਉਰੇ ਮੈਨਸ 1 ਹੈ ਤਾਂ ਉਰੇ ਪਲੱਸ 1 ਹੈ ਉਰੇ ਮੈਨਸ 1 ਹੈ ਉਰੇ ਪਲੱਸ 1 ਹੈ ਪ੍ਰੋਪਰ ਸੀਰੀਜ਼ ਬਣ ਰਹੀ ਹੈ ਇਸੇ ਤਰ੍ਹਾਂ ਇਹਦਾ ਆਨਸਰ ਬਣਦਾ ਹੈਗਾ 1 ਮੈਨਸ ਕੀਤਾ ਜੀ ਆਪਣੇ ਕੋਲੇ ਐਨ ਕਿੰਨੇ ਤੇ ਹੈ 13 ਤੇ ਐਨ ਕਿੰਨੇ ਤੇ 14 ਤੇ 14 ਚੋਂ ਇੱਕ ਕੱਢਿਆ 13 13 ਤੇ ਆ ਗਿਆ ਐਮ ਇਹਦੇ ਵਿੱਚ ਇੱਕ ਜੋੜਿਆ ਬੀ ਫਿਰ ਟੀ ਚੋਂ ਇੱਕ ਘਟਾਇਆ ਐਸ ਆਈ ਚ ਇੱਕ ਜੋੜਿਆ ਜੇ ਓ ਚ ਇੱਕ ਘਟਾਇਆ ਐਨ ਐਨ ਚ ਇੱਕ ਜੋੜਿਆ ਓ ਐਮ ਬੀ ਐਸ ਜੇ ਐਨ ਓ ਲਓ ਜੀ ਐਮ ਬੀ ਐਸ ਜੇ ਐਨ ਓ ਲਵਪ੍ਰੀਤ ਕਿਉਂ ਨਹੀਂ ਆਉਂਦਾ ਦਬਦ ਅੰਦਰ ਡਿਲੀਟ ਕਰਨ ਨੂੰ ਮਿੰਟ ਮਾਰਦੇ ਨੇ ਮੈਂ ਤਾਂ ਪਟਕ ਦਿਨੇ ਪੜ ਲੈਣਾ ਸਾਰਿਆਂ ਦੇ ਆਨਸਰ ਜੀ ਠੀਕ ਹੈ ਜੀ ਆਨਸਰ ਆ ਗਿਆ ਸਾਡੇ ਕੋਲ ਐਮ ਬੀ ਐਸ ਜੇ ਜੇ ਐਮ ਬੀ ਐਸ ਜੇ ਐਨ ਓ ਕਲੀਅਰ ਹੈ ਜੀ ਇਹ ਸੀਗੇ ਸਾਡੇ ਅੱਜ ਦੀ ਕਲਾਸ ਦੇ ਕੁਝ ਕੁ ਚੀਜ਼ਾਂ
ठीक है ना, 3 दिन लगन गए सानू कोडिंग रिकॉर्डिंग पढ़न ते, क्योंकि टॉपिक है थोड़ा जिहा लेंथी और सवाल इहदे विच 2-3 बन जांदे आ। उम्मीद करदा अज दी क्लास आ तुहानू वधिया लगी होगी। अपने चैनल नू वध तों वध शेयर कर दिओ, सबसक्राइब कर दिओ अगर कीता होयागा। जिहड़े कि चैनल सबसक्राइब क्लास लाउंदे ने ते पढ़दे ने ते बस चले जांदे ने, तुसीं सबसक्राइब करोगे साडा ही हौसला वधदा इहदे विच। असीं तुहानू होर मेहनत दे नाल पढ़ावांगे, होर ज्यादा मेहनत करांगे, नवें टीचर तुहाडे वास्ते लैके आ रहे हां। उम्मीद करांगे कंप्यूटर की क्लास अगर कोशिश करांगे, अगर अज लगाई गई तो कंप्यूटर की क्लास भी जल्दी तुहाडे वास्ते अरेंज कर रहे हैं, ठीक है ना। चलो जी, अज की क्लास सी, मिलते हैं आप कल की क्लास के, ठीक है जी। तैयारी करके आयो कल की क्लास वास्ते और अपने जो पेन कापी नाल रखा करो, ठीक है जी। थैंक यू।